ਹਾਜ਼ਰੀ ਹੈ ਜੀ ਤੁਹਾਡੇ ਨਾਲ ਇੱਕ ਵਾਰਾਂ ਫਿਰ ਤੋਂ ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਜਿਵੇਂ ਮਰਜ਼ੀ ਆ ਜਦੋਂ ਇੱਕ ਵਾਰਾਂ ਕਰ ਲਈਏ ਵਾਅਦਾ ਤੇ ਫਿਰ ਵਾਅਦਿਆਂ ਤੋਂ ਮੁੱਕਰੀਦਾ ਨਹੀਂ ਵੈਸੇ ਵੀ ਤੁਹਾਨੂੰ ਪਤਾ ਵੋਟਾਂ ਦਾ ਮੌਸਮ ਹੈ ਤੇ ਚੋਣਾਂ ਦੇ ਮੌਸਮ ਦੇ ਵਿੱਚ ਤੇ ਲੀਡਰ ਨੂੰ ਤੁਸੀਂ ਭਾਵੇਂ ਆਖੋ ਵੀ ਤੂੰ ਜੋ ਮਰਜ਼ੀ ਕਰ ਲੈ ਬਸ ਫਲਾਣੇ ਥਾਂ ਪਹੁੰਚਣਾ ਚਾਹੀਦਾ ਅਗਲਾ ਭਾਵੇਂ ਮਰੇ ਭਾਵੇਂ ਜੀਵੇ ਅਗਲਾ ਉੱਥੇ ਆਪੜਦਾ ਜ਼ਰੂਰ ਕੋਈ ਨੂੰ ਪਤਾ ਵੀ ਵੋਟਰ ਦੀ ਲੋੜ ਸਵਾਗਤ ਆਪਾਂ ਆਪਣੇ ਬਾਦਮਿਤਾ ਕੋ ਉੱਥੇ ਹਾਜ਼ਰ ਆਂ ਪ੍ਰੋਗਰਾਮ ਹੋਹੀ ਹੈ ਜੀ ਪ੍ਰਾਈਮ ਫੋਕਸ ਚੈਨਲ ਵੀ ਪ੍ਰਾਈਮ ਮੈਸ਼ਾ ਟੀਵੀ ਤੇ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡਾ ਸਾਰਿਆਂ ਦਾ ਕਰਦਾ ਸਵਾਗਤ ਨਾਲ ਵਾਲੇ ਸਾਥੀ ਪਰਮਵੀਰ ਬਾਠ ਹੋ ਰਹੀ ਉਹ ਵੀ ਅੱਜ ਕੱਲ ਹੌਲੀ ਹੌਲੀ ਡੈਰੀ ਲੈ ਕੇ ਪਿੰਡੋਂ ਪਿੰਡੀ ਹੁਣ ਪਤਾ ਨਹੀਂ ਬੰਦਾ ਕੀ ਲਿਖਤ ਪੜਤ ਕਰਦਾ ਰਹਿੰਦਾ ਇਹ ਤੇ ਹੁਣ ਪੁੱਛਾਂਗੇ ਤੇ ਦੱਸੂ ਕੀ ਹਾਲ ਨੇ ਵਾਟ ਸਾਹਿਬ ਚੜਦੀ ਕਲਾ ਸੰਧਵਾਲੀਆ ਸਭ ਸਤਿ ਸ੍ਰੀ ਅਕਾਲ ਜੀ ਤੁਸੀਂ ਸਲਾਓ ਪਹਿਲਾਂ ਤੁਹਾਡੇ ਹਾਲਚਲ ਠੀਕ ਨੇ ਬਾਕੀ ਗੱਲਾਂ ਮੈਂ ਬਾਅਦ ਚ ਕਰਦਾ ਦੇਖੋ ਜੀ ਹਾਲ ਬਹੁਤ ਵਧੀਆ ਨੇ ਚਾਲ ਥੋੜੀ ਜਿਹੀ ਅਗੇ ਨਾਲੋਂ ਸਲੋ ਹੋਰ ਕਰ ਲਈ ਪਹਿਲਾਂ ਵੀ ਖੈਰ ਸਲੋ ਹੀ ਹੈ ਮੇਰੀ ਵੀ ਇੱਕਦਾਂ ਮਿਲਿਆ ਜਾਵੇ ਜਰਾ ਲੋਕਾਂ ਨੂੰ ਚੰਗੀ ਤਰ੍ਹਾਂ ਨਾ ਇਹ ਕੋਈ ਰਹਿ ਨਾ ਜਾਵੇ ਕਿਤਾਬ ਨਾ ਵੀ ਕੋਈ ਵੀ ਵੋਟਰ ਵਾਂਝਾ ਨਾ ਰਹੇ ਸੰਧਾਲਿਆ ਸਭ ਚਾਰਖੰਡ ਦੇ ਵਿੱਚ ਮੈਂ ਤੁਹਾਨੂੰ ਮੈਂ ਕਹਿ ਨਹੀਂ ਲੱਗਾ ਤੁਹਾਡੇ ਨਾਲ ਕੁਝ ਇਦਾਂ ਦਾ ਹੋਣਾ ਚਾਰਖੰਡ ਦੀ ਗੱਲ ਸੁਣਾ ਦਿੰਨਾ ਹੂੰ ਉੱਥੇ ਇੱਕ ਬੀਬੀ ਨੂੰ ਟਿਕਟ ਦਿੱਤੀ ਬਹੁਤ ਵੱਡੀ ਪਾਰਟੀ ਨੇ ਤੇ ਉਸ ਬੀਬੀ ਨੂੰ ਟਿਕਟ ਦਿੱਤੀ ਉਹ ਬੀਬੀ ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਪੁੱਜੀ ਪਿੰਡ ਵਾਲਿਆਂ ਨੇ ਪਹਿਲਾਂ ਬਾਹਰ ਨਾਕਾ ਜਿਹਾ ਲਾਇਆ ਕਿ ਭਾਈ ਨਾ ਜਾਇਓ ਤੁਸੀਂ ਬੀਬੀ ਜੀ ਰਹਿਣ ਦਿਓ ਐਵੇਂ ਗੱਲਾਂ ਕਰੀਦੀਆਂ ਨਹੀਂ ਅਸੀਂ ਦੋਹੀ ਬਹੁਤ ਤੰਗ ਬਹੁਤ ਉਹ ਬੀਬੀ ਜੀ ਨੇ ਸਮਰਥਕਾਂ ਨੂੰ ਕਿਹਾ ਉਹਨਾਂ ਨੇ ਗੱਡੀਆਂ ਭਜਾਈਆਂ ਦੂਜੇ ਪਾਸੇ ਦੀ ਪਿੰਡ ਜਾਵੜੇ ਤੇ ਜਾ ਕੇ ਮੀਟਿੰਗ ਕਰਨ ਲੱਗੇ ਤਾਂ ਡੇਢ ਘੰਟਾ ਪਿੰਡ ਵਾਲਿਆਂ ਨੇ ਬੀਬੀ ਨੂੰ ਪਿੰਡੋਂ ਨਹੀਂ ਜਾਣ ਦਿੱਤਾ ਫੇਰ ਫਿਰ ਕਿਤੇ ਜਾ ਕੇ ਪੁਲਿਸ ਆਈ ਫੇਰ ਉਹ ਬੀਬੀ ਗਈ ਅਸੀਂ ਨਹੀਂ ਕਹਿੰਨੇ ਕਿ ਕਿਸੇ ਵੀ ਉਮੀਦਵਾਰ ਦੇ ਨਾਲ ਇਦਾਂ ਹੋਵੇ ਸਾਰਿਆਂ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਕਿ ਕੋਈ ਪਤਾ ਨਹੀਂ ਹੁੰਦਾ ਐਵੇਂ ਨਾ ਚਿੱਟਾ ਕਮੀ ਪਿਆਮਾ ਪਾ ਕੇ ਤਾਂ ਹੱਥ ਜਿਆ ਛਾੜ ਦੇ ਗਾਂ ਨੂੰ ਤੁਰ ਪਿਓ ਅਗਲੇ ਤੱਤੇ ਬਹੁਤ ਨੇ ਵੇਖੋ ਗੱਲ ਇਹ ਆ ਵੀ ਇਹ ਜਦੋਂ ਤੁਹਾਡਰ ਕੇ ਲੋਕ ਐਵੇਂ ਚੁਕਣਾ ਦਿੰਦੇ ਨੇ ਲੋਕਾਂ ਨੂੰ ਐਉਂ ਕਰੋ ਲੋਕੋ ਸਵਾਲ ਪੁੱਛੋ ਲੋਕੋ ਜਵਾਬ ਲਓ ਉਹ ਠੀਕ ਆ ਗੱਲ ਮਾੜਾ ਮੋਟ ਲੋਕ ਕਿਸੇ ਵੇਲੇ ਪ੍ਰਭਾਵਿਤ ਹੋ ਜਾਂਦੇ ਪਰ ਉਹਨਾਂ ਵਿਚਾਰਾਂ ਕਰ ਕੀ ਲੈਣਾ ਦੇਖੋ ਜਾਂ ਤੇ ਨਾ ਜਾਂ ਤੇ ਨਾ ਵੀ ਤਰੀਕ ਗਾਂ ਪਸ਼ਾ ਹੋ ਜਾਣੀਆਂ ਵੋਟਾਂ ਵਾਲੇ ਦਿਨ ਦਿਓ ਵੀ ਉਦ ਨਹੀਂ ਪੈਣੀਆਂ ਬੋਥ ਵੀ ਹੋਈ ਹੈ ਲਿਸਟ 'ਚ ਨਾਮ ਹੀ ਹੈਗਾ ਕਈਆਂ ਦੇ ਹੋ ਸਕਦਾ ਕੱਟੇ ਵੀ ਜਾਣ ਮੌਕੇ ਤੇ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੁਸੀਂ ਆਨੇ ਹੋ ਕਿ ਹਾਂ ਭਾਈ ਸਾਹਿਬ ਹੁਣ ਮੈਂ ਇੱਥੇ ਕੀ ਕਰਾਂ ਉਹ ਕਹਿੰਦੇ ਵੱਧ ਤੋਂ ਵੱਧ ਤੋਂ ਬਟਨ ਨਾਪ ਸਕਦਾ ਆਪਣੀ ਪਸੰਦਾ ਬਟਨ ਨਾਪਦੇ 1 90 ਦਾ ਦੂਜਾ ਨਾਪਦੇਗਾ ਦੂਜਾ 90 ਦਾ ਤੇ ਜਨਾਪਦੇਗਾ ਪੈਣੀ ਤੇ ਵੋਟ ਕਿਸ ਨਾ ਕਿਸੇ ਲੀਡਰ ਨੂੰ ਹੀ ਆ ਨਾ ਤੇ ਘੁੰਮ ਫਿਰ ਕੇ ਜੇ ਮੰਨ ਲਓ ਬਹੁਤ ਈ ਔਖਾ ਹੋਗਾ ਤੇ ਆਖੋ ਜਾਓ ਮੈਂ ਨੋਟਾ ਦਾ ਬਟਨ ਦਬਾ ਦਿੰਦਾ ਤੇ ਦਬ ਲਵੇ ਉਹਦੇ ਵੈਸੇ ਵੀ ਵੋਟ ਮੇਟੀ ਹੈ ਕਿਉਂਕਿ ਅਗਲਿਆਂ ਨੇ ਰਿਜ਼ਲਟ ਜਿਹੜਾ ਉਹ ਪਈਆਂ ਵੋਟਾਂ ਦੇ ਵਿੱਚੋਂ ਕੱਢਣਾ ਆਵੇਂ ਨੋਟਾਂ ਨੂੰ 10 ਵੋਟਾਂ ਪੈ ਗਈਆਂ ਚਾਰ ਪੂਰੇ ਕੈਂਡੀਡੇਟ ਹੋਣ ਜਿਹਨੂੰ ਦੋ ਦੇ بجائے ਤਿੰਨ ਪਈਆਂ ਹੋਈਆਂ ਜਾਂ ਚਾਰ ਪਈਆਂ ਹੋਈਆਂ ਉਹ ਜੇਤੂ ਹੋਊਗਾ ਸੋ ਗੱਲ ਇਹ ਆ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਸੁਣਨ ਲਈ achhiyan zaroor lagdiyan ne ਖਬਰ ਕਰਾਰੀ ਬਣ ਜਾਂਦੀ ਹੈ ਪਰ ਜੇ ਤੁਸੀਂ ਇਹ ਕਾਪੀ ਦਾ ਲੀਡਰਾਂ ਦੀ ਸਿਹਤ ਤੇ ਅਸਰ ਕੋਈ ਅਸਰ ਨਹੀਂ ਸੰਧਾਲੀਆ ਸਾਹਿਬ ਚਲੋ ਹੁਣ ਗੱਲ ਤੋਰ ਹੀ ਲਈ ਹੈ ਜੇ ਤੁਸੀਂ ਇਧਰਲੇ ਪਾਸੇ ਦੇਖੋ ਅਸੀਂ ਆਮ ਲੋਕਾਂ ਆਮ ਲੋਕਾਂ ਤੋਂ ਭਾਵੇਂ ਹੁੰਦਾ ਕਿ ਜੇ ਕਿਤੇ 5 ਰੁਪਏ ਦਾ ਨੋਟ ਰਾਹ ਦੇ ਵਿੱਚ ਪਿਆ ਤੇ ਤਿੰਨ ਬੰਦੇ ਅਸੀਂ ਬਰੋ ਬਰਾਬਰ ਖੜੇ ਇੱਕ ਇੱਕ ਕਦਮ ਦੀ ਦੂਰੀ ਤੇ ਤਾਂ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਇਹ ਨੋਟ ਮੇਰਾ ਕੋਈ ਕਹਿੰਦਾ ਹੁੰਦਾ ਮੈਂ ਘਰੋਂ ਮੈਂ ਜੇਬ ਚ ਪਾ ਕੇ ਤੁਰਿਆ ਸੀ ਆ ਮੈਂ ਕਾਗਜ਼ ਕੱਢਣ ਲੱਗਿਆ ਸੀ ਰਮਾਲ ਕੱਢਣ ਲੱਗਿਆ ਸੀ ਗਰਮੀ ਪੂੰਝਣ ਦੇ ਲਈ ਮੁੜਕਾ ਪੂੰਝਣ ਦੇ ਲਈ ਉਦੜਕ ਪਿਆ ਹੋਣਾ ਕੋਈ ਕਹਿੰਦਾ ਜੀ ਮੈਂ ਕੱਲ੍ਹ ਦਾ ਹੀ ਲੱਭੀ ਜਾਨਾ ਕੋਈ ਕਹਿੰਦਾ ਮੈਂ ਸਵੇਰ ਦਾ ਲੱਭਦਾ ਯਾਰ ਆ ਨੋਟ ਤਾਂ ਪੱਕੀ ਗੱਲ ਆ ਉਹ ਦੇਖੋ ਪੈਨ ਦਾ ਨਿਸ਼ਾਨ ਵੀ ਲੱਗਾ ਮੇਰਾ ਲਾਲਚ ਦੀ ਗੱਲ ਨਹੀਂ ਜਣੀ ਅਸੀਂ ਆਪਣਾ ਉਹਦੇ ਤੇ ਕਿਤਨਾ ਕਿਤੇ ਅਧਿਕਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਅਸੀਂ ਕਿਹਨੋਂ ਨੇ ਕਿ ਸਾਡੀ ਪ੍ਰਾਪਰਟੀ ਹੈ ਹੀ ਨੋਟ ਪਰ ਐਤਕੀ ਇੱਕ ਜਿਹੜਾ ਨਵਾਂ ਰਿਕਾਰਡ ਬਣਾਇਆ ਤੁਸੀਂ ਤੁਹਾਡੇ ਵਰਗੇ ਲੋਕਾਂ ਨੇ ਕਿਉਂਕਿ ਸਾਡੇ ਆਮ ਲੋਕਾਂ ਦਾ ਨਹੀਂ ਇਹ ਮਸਲਾ ਸੰਧਾਲੀਆ ਸਭ ਪਹਿਲੀ ਮਾਰਚ ਤੋਂ ਲੈ ਕੇ ਆ 15 16 ਅਪ੍ਰੈਲ ਹੋ ਗਈ ਹੈ ਕਿਤੇ 15 ਜਾਂ ਤੇ ਕਿਤੇ ਅੱਜ 16 ਦਿਨ ਕਿੰਨੇ ਹੋਏ 45 46 ਕਿਤੇ 46 ਤੇ ਕਿਤੇ 45 ਚੋਣ ਕਮਿਸ਼ਨ ਭਾਰਤ ਨੇ 4600 ਕਰੋੜ ਰੁਪਈਆ ਜ਼ਬਤ ਕੀਤਾ ਹੁਣ ਤੱਕ 4600 46 ਦਿਨਾਂ 'ਚ ਰੋਜ਼ਦਾ 100 ਕਰੋੜ ਬਣਦਾ ਹੂੰ ਤੇ ਇਹ ਰੁਪਈਏ ਉਹਨੇ ਜਿਹੜੇ ਚੋਣ ਕਮਿਸ਼ਨ ਨੂੰ ਕਿਸੇ ਕਾਰ ਦੇ ਵਿੱਚੋਂ ਕਿਸੇ ਥਾਂ 'ਚੋਂ ਕਿਸੇ ਘਰੋਂ ਲੱਭ ਦਿਆ ਤੇ ਕੋਈ ਵੀ ਬੰਦਾ ਇੱਥੇ ਦਾਵਾ ਨਹੀਂ ਕਰਦਾ ਕਿ ਇਹ ਪੈਸੇ ਮੇਰੇ ਨਹੀਂ ਇਹਦਾ ਮਤਲਬ ਉਹ ਪੈਸੇ ਦੋ ਨੰਬਰ ਦੇ ਨਹੀਂ ਉਹ ਸੋਨਾ ਉਹ ਗਹਿਣਾ ਗੱਟਾ ਉਹ ਦੋ ਨੰਬਰ ਦਾ ਉਹ ਹਵਾਲੇ ਦਾ ਉਹ ਬਲੈਕ ਮਨੀ ਹੈ ਤੇ ਜਦੋਂ ਚੋਣ ਜ਼ਾਬਤਾ ਲੱਗਾ ਹੋਵੇ 543 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਮੁਕਾਬਲਾ ਹੋਵੇ ਉੜੀਸਾ ਦੀਆਂ 147 ਵਿਧਾਨ ਸਭਾ ਸੀਟਾਂ ਤੇ ਮੁਕਾਬਲਾ ਹੋਵੇ ਤੇ ਉਦੋਂ ਰੋਜ਼ ਦਾ 100 ਕਰੋੜ ਰੁਪਈਆ ਉਹ ਫੜਿਆ ਜਾਵੇ ਜਿਹਦੇ ਉੱਤੇ ਕੋਈ ਦਾਵਾ ਹੀ ਨਹੀਂ ਕਰਦਾ ਇਹ ਫੜੇ ਗਏ ਰੁਪਈਆ ਦੀ ਮੈਂ ਗੱਲ ਕਰ ਰਿਹਾ ਇਹਦੇ ਤੋਂ ਬਿਨਾ ਕਿੰਨੇ ਰੁਪਈਏ ਹੋਰ ਭਾਰਤ ਦੇ ਵਿੱਚ ਰੋਜ਼ ਵੰਡੇ ਵਰਤਾਏ ਜਾ ਰਹੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਤੇ ਆਜ਼ਾਦੀ ਦੇ ਹੁਣ ਤੱਕ ਦੇ ਇਤਿਹਾਸ ਤੋਂ ਬਾਅਦ ਆਜ਼ਾਦੀ ਜਦੋਂ ਮਿਲੀ ਹੈ 47 ਤੋਂ ਬਾਅਦ ਕਦੇ ਵੀ ਕਿਸੇ ਚੋਣ ਦੇ ਵਿੱਚ ਇੰਨੇ ਰੁਪਈਆ ਨਹੀਂ ਫੜੇਗਾ ਦੋ ਨੰਬਰ ਦੇ ਇਲੈਕਸ਼ਨ ਕਮਿਸ਼ਨ ਸਖਤ ਹੈ ਚੰਗੀ ਗੱਲ ਹੈ ਵਧਾਈ ਦਿੰਨੇ ਅਸੀਂ ਤੁਸੀਂ ਇਦਾਂ ਹੀ ਆਪਣੀ ਸਖਤੀ ਕਾਇਮ ਰੱਖਿਓ ਪਰ ਮੈਂ ਤਾਂ ਇਹ ਹਿਸਾਬ ਕਿਤਾਬ ਲਾਉਣ ਲੱਗਾ ਸੀ ਕਿ ਜਦੋਂ ਦੇਸ਼ ਨੂੰ ਆਜ਼ਾਦ ਹੋਏ ਨੂੰ ਇੰਨੇ ਬਰੇ ਹੋ ਗਏ ਦਹਾਕੇ ਹੋ ਗਏ ਜਦੋਂ ਅਸੀਂ ਅਗਲੇ 5 ਸਾਲ ਦੇਸ਼ ਨੂੰ ਚਲਾਊਗੀ ਕਿਹੜੀ ਪਾਰਟੀ ਉਹਦੀਆਂ ਨੀਤੀਆਂ ਕਿੱਦਾਂ ਦੀਆਂ ਹੋਣਗੀਆਂ 5 ਸਾਲਾਂ ਦੇ ਵਿੱਚ ਦੇਸ਼ ਨੂੰ ਅਨੇ ਕਿਧਰਲੇ ਪਾਸੇ ਨੂੰ ਲੈ ਕੇ ਜਾਣਾ ਜਦੋਂ ਅਸੀਂ ਉਸ ਮੋੜ ਤੇ ਖੜੇ ਇੱਕ ਫੈਸਲਾ ਕੁੱਨ ਚੋਣ ਅਸੀਂ ਕਰਨੀ ਹੈ ਤਾਂ ਜੇ ਉਦੋਂ ਰੋਜ਼ 100 ਕਰੋੜ ਰੁਪਈਆ ਦੋ ਨੰਬਰ ਦਾ ਫੜ ਹੁੰਦਾ ਇਹਦਾ ਮਤਲਬ ਉਹਦੇ ਨਾਲ ਵੋਟਰ ਪ੍ਰਭਾਵਿਤ ਕਰਨੇ ਆ ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਨੂੰ ਉਹਦੇ ਨਾਲ ਲਾਲਚ ਦੇਣਾ ਤੇ ਸੰਧਾਲੀਆਂ ਸਭ ਇਹਨੂੰ ਰੋਜ਼ ਦਾ 100 ਕਰੋੜ ਨਾ ਮੰਨਿਆ ਜਾਵੇ ਇਹਨੂੰ ਹਰ ਇੱਕ ਘੰਟੇ ਦਾ 4 ਸਵਾ 4 ਕਰੋੜ ਰੁਪਈਆ ਮੰਨਿਆ ਜਾਵੇ ਹੁਣ ਜਿਸ ਮੁਲਕ ਦੇ ਵਿੱਚ ਹਰ ਇੱਕ ਘੰਟੇ ਦੇ ਵਿੱਚ 4 ਜਾਂ 4.5 ਕਰੋੜ ਰੁਪਏ ਦੋ ਨੰਬਰ ਦੇ ਫੜ ਹੁੰਦੇ ਆ ਉੱਥੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਤੁਹਾਡੇ ਵਰਗੇ ਲੋਕ ਕੀ ਕੀ ਕਰਦੇ ਆ ਹੁਣ ਕਹਿਣਾ ਕੀ ਹੈ ਵੇਖੋ WhatsApp ਤੁਸੀਂ ਨਾ ਇਹ ਸਾਰਾ ਕੁਝ ਤੇ ਫਿਕਰ ਕਰ ਸਕਦੇ ਹੋ ਤੋਂ ਬਾਅਦ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਜੇ ਤੁਸੀਂ ਇਹ ਕਹੋ ਕਿ ਜਿਹੜਾ ਕੱਲ ਨੂੰ 100 ਕਰੋੜ ਫੜਿਆ ਜਾਣਾ ਤੁਸੀਂ ਰੋਕ ਲਓ ਇਹ ਨਹੀਂ ਤੁਸੀਂ ਰੋਕ ਸਕਦੇ ਪਰਸੋਂ ਵਾਲਾ 100 ਕਰੋੜ ਵੀ ਤੁਹਾਡੇ ਕੋਲੋਂ ਰੁਕਣਾ ਪਰ ਤੁਸੀਂ ਇੱਕ ਗੱਲ ਨੋਟ ਕਰੋ ਜਿਹੜੀ ਤੁਸੀਂ ਸਟਾਰਟਿੰਗ 'ਚ ਕਹੀ ਸੀ ਵੀ ਪੰਨਿਆਂ ਦਾ ਨੋਟ ਡਿੱਗ ਪਵੇ ਨਾ ਤੇ ਬੰਦਾ ਸੋਈਦਾ ਵੀ ਹਾਈ ਹੋਏ ਕਿਤੇ ਮੇਰਾ ਹੀ ਹੋ ਜਵੇ ਮਾਨ ਨਹੀਂ ਲੈਣ ਲੱਗ ਲੇ ਵੀ ਨੇ ਯਾਰ ਸਾਡਾ ਨਹੀਂ ਤੇਰਾ ਹੀ ਆ ਤੁਸੀਂ ਆਪ ਸੋਚੋ ਵੀ ਇਹੀ ਤੇ ਉਹ ਚੀਜ਼ ਆ ਜਿਹੜੀ ਲੀਡਰਾਂ ਨੂੰ ਚਾਹੀਦੀ ਹੁੰਦੀ ਹੈ ਕਿਉਂਕਿ ਉਹਨੂੰ ਪਤਾ ਕਿ ਭਾਵੇਂ 5 ਸਾਲ ਬਾਅਦ ਹੀ ਸਹੀ ਲੋਕ ਉਡੀਕਦੇ ਜਿਹਨਾਂ ਨੂੰ ਵੋਟਰ ਕਿਹਾ ਜਾਂਦਾ ਉਹਨਾਂ ਚ ਬਹੁਤ ਸਾਰੇ ਬੰਦੇ ਹੁੰਦੇ ਜਿਹੜੇ ਕਹਿੰਦੇ ਯਾਰ ਵੇਖੀਏ ਤੇ ਸਹੀ ਪਿਛਲੀਆਂ ਨਾਲ ਰੌਲਾ ਜਾਂ ਪਿਆਸ ਸੀ ਵੀ ਹਾਰ-ਯਾਰ ਮਿਲਿਆ ਹੈ ਐਤਕੀ 15-1500 ਘਾਟ ਵੋਟ ਨਹੀਂ ਮੰਨ ਲੋ ਵੇਚਣੀ ਅਦਲਾਕਾਂ ਲੈ 1500 ਸਾਡੇ ਵਾਲ ਤੇ ਮੈਚ ਬੜਾ ਫਸਿਆ ਉਧਰ ਤੇ ਭਾ ਹੀ ਬੜਾ ਚਲਣ ਦਾ 5-5000 5500 ਹੋ ਗਿਆ ਫਿਰ ਆਪਾਂ ਇਹ ਵੀ ਸੁਣਿਆ ਸੀ ਮੁੰਦੀਆਂ ਛਾਪਾਂ ਛੱਲੀ ਚੈਨੀਆਂ ਫਿਰ ਕਈ ਵਾਰ ਤੁਸੀਂ ਇਹ ਵੀ ਸੁਣਿਆ ਹਣਾ ਪੰਜਾਬੋਂ ਬਾਹਰ ਨਹੀਂ ਪੰਜਾਬ ਦੀ ਗੱਲ ਹੀ ਕਰਦਾ ਪੰਜਾਬ ਤੋਂ ਸੁਣਿਆ ਲੋਕਾਂ ਟਰੈਕਟਰ ਕਾਰਾਂ ਸਕੂਟਰ ਫਿਰ ਜਾਂ ਮੋਟਰਸਾਈਕਲ ਤੁਸੀਂ ਆਪ ਸੋਚੋ ਵੀ ਉਹ ਕਿਤੇ ਐਵੇਂ ਆ ਜਾਂਦੇ ਯਾਰ ਆਹ ਜਿਹੜਾ ਤੁਸੀਂ 4600 ਕਰੋੜ ਗਿਣਾਉਂਦੇ ਬਾਜੀ ਇਹਨਾਂ ਚੀਜ਼ਾਂ ਤੇ ਲੱਗਦਾ ਚਲੋ ਠੀਕ ਆ ਸਰਕਾਰ ਦੀ ਨੀਤੀ ਦੇ ਤਹਿਤ ਅਗਲੇ ਦੇ ਘਰ ਕੁਝ ਜਾਵੇ ਨਾ ਜਾਵੇ ਪਰ ਸਰਕਾਰ ਦੀ ਕੁਰਸੀ ਤੇ ਜਿੰਨੇ ਬਹਿਣਾ ਜਾਂ ਕੋਈ ਚਾਹ ਵਾਨਿਆ ਉਹ ਤੇ ਪੰਜਾਂ ਸਾਲਾਂ ਦੇ ਵਿੱਚ ਇੱਕ ਵਾਰ ਦਵਾਰੇ ਆ ਕੇ ਇਹ ਚੀਜ਼ਾਂ ਦੇਖ ਕੇ ਜਾਂਦਾ ਨਾ ਯਾਰ ਇਹ ਲੋਕਤੰਤਰ ਦੀ ਖੂਬਸੂਰਤੀ ਨਜ਼ਰ ਨਹੀਂ ਆਉਂਦੀ ਵਟਸਐਪਾਂ ਕੀ ਕਰਦੇ ਆ ਸੰਧਾਲੀਆ ਨਹੀਂ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ ਇਹਂ ਦੌਰ ਸ਼ਹਿਰ ਦੀ ਗੱਲ ਹੈ ਇੱਕ ਵਿਅਕਤੀ ਨਾਪ ਤੋਲ ਵਿਭਾਗ ਦੇ ਕੋਲੇ ਜਾਂਦਾ ਜਿੱਦਾਂ ਕੰਜ਼ਿਊਮਰ ਕੋਰਟ ਹੁੰਦੀ ਹੈ ਨਾ ਖਪਤਕਾਰ ਅਦਾਲਤ ਉੱਥੇ ਜਾ ਕੇ ਕਹਿੰਦਾ ਜੀ ਆ ਦੇਖੋ ਆ ਪਤੰਜਲੀ ਦਾ ਬਿਸਕਟ ਹੈ ਪੈਕੇਟ ਪੂਰਾ ਬੰਦ ਇਹ ਜਨਵਰੀ ਦੀ ਗੱਲ ਐ ਇਸ ਸਾਲ ਦੀ ਉਹ ਕਹਿੰਦਾ ਜੀ ਮੈਂ ਪੈਕੇਟ ਖਰੀਦਿਆ 800 ਗ੍ਰਾਮ ਦਾ ਪੈਕੇਟ ਆ ਇਹਦੇ ਉੱਤੇ ਲਿਖਿਆ ਉਹ ਕਹਿੰਦੇ ਜੀ ਲਿਖਿਆ ਕਹਿੰਦੇ ਤੋਲੋ ਉਹ ਤਕਰੀਬਨ 746 ਗ੍ਰਾਮ ਦਾ ਨਿਕਲਦਾ ਤੇ ਉਹਨੇ ਪੈਕੇਟ ਲਿਆ ਸੀ 125ਾਂ ਦਾ ਮੈਨੂੰ ਨਹੀਂ ਪਤਾ ਉਹ ਚ ਕੀ ਪਾਇਆ ਸੀ 800 ਗ੍ਰਾਮ ਦਾ ਪੈਕੇਟ ਵਿੱਚੋਂ ਨਿਕਲਦਾ 746 ਗ੍ਰਾਮ ਉਹ ਕਹਿੰਦਾ ਜੀ ਕੈਲਕੂਲੇਟ ਕਰੋ ਹਰ ਪੈਕੇਟ ਦੇ ਪਿੱਛੇ 7 ਰੁਪਏ ਦਾ ਥੁਕ ਲਾਇਆ ਜਾ ਰਿਹਾ ਯਾਨੀ ਗਾਹਕ ਨੂੰ 800 ਗ੍ਰਾਮ ਬਿਸਕੁਟ ਦੱਸ ਕੇ 746 ਗ੍ਰਾਮ ਵੇਚੇ ਜਾ ਰਹੇ ਆ ਤੇ ਮੈਨੂੰ ਇੱਕ ਪੈਕੇਟ ਦੇ ਪਿੱਛੇ 70 ਰੁਪਈਆ ਦਾ ਘਾਟਾ ਪਿਆ ਚਲੋ ਜੀ ਕੰਜ਼ਿਊਮ ਉਤਨਾਪ ਤੋਲ ਵਿਭਾਗ ਨੇ ਗੱਲ ਅੱਗੇ ਤੋਰੀ ਪਤੰਜਲੀ ਵਾਲੇ ਸੱਦੇ ਜਿਹੜੀ ਕੰਪਨੀ ਨੇ ਪੈਕਿੰਗ ਕੀਤੀ ਸੀ ਉਹਨਾਂ ਨੂੰ ਸੱਦਿਆ 1 ਲੱਖ ਰੁਪਈਆ ਦਾ ਜੁਰਮਾਨਾ ਨਾਪ ਤੋਲ ਵਿਭਾਗ ਨੇ ਪਤੰਜਲੀ ਵਾਲਿਆਂ ਨੂੰ ਪਾਇਆ ਕਿ ਭਾਈ ਤੁਸੀਂ ਜਿੰਨੇ ਗ੍ਰਾਮ ਉੱਪਰ ਸਮਾਨ ਲਿਖਿਆ ਸੀ ਉਹਦੇ ਵਿੱਚੋਂ ਐਨੇ ਗ੍ਰਾਮ ਸਮਾਨ ਘੱਟ ਨਿਕਲਿਆ ਪ੍ਰਤੀ ਪੈਕੇਟ 70 ਰੁਪਈਆ ਦਾ ਫਰਕ ਪੈਂਦਾ ਵਿਭਾਗ ਨੂੰ 20000 ਰੁਪਈਆ ਜੁਰਮਾਨਾ ਪਾਇਆ ਹੋਰ ਇੱਕ ਪਾਇਆ ਉਸ ਸਟੋਰ ਨੂੰ ਵੱਡਾ ਸਟੋਰ ਸੀ ਬਹੁਤ ਵੱਡਾ ਜੀ ਜਿਸ ਸਟੋਰ ਤੋਂ ਬਿਸਕੁਟ ਖਰੀਦੇ ਆ ਸੀ ਤੇ 20000 ਪਾਇਆ ਜਿਹਨੇ ਪੈਕਿੰਗ ਕੀਤੀ ਸੀ ਜਿਹੜੀ ਕੰਪਨੀ ਨੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਸਿਰਫ ਇੰਨੀ ਕੀ ਗੱਲ ਹੀ ਕਰਨੀ ਸੀ ਕਿ ਪੰਡਿਤ ਜਿਲੀ ਵਾਲਿਆਂ ਦਾ ਬਿਸਕੁਟ ਵੀ ਇੰਨੇ ਕ ਗ੍ਰਾਮ ਘੱਟ ਨਿਕਲਦਾ ਕਈ ਵਾਰੀ ਨਹੀਂ ਠੀਕ ਹੈ ਗੱਲ ਹੁਣ ਦੇਖੋ ਗੱਲ ਇਹ ਆ ਵੀ ਇੰਨੀ ਵੱਡੀ ਮਾਤਰਾਤ ਬਿਸਕੁਟ ਬਣਦੇ ਆ ਵੀ ਆਰ ਜਦੋਂ ਗਿੱਲਾ ਗਿੱਲਾ ਪੈਕ ਕਰਦੇ ਹੋਣਗੇ ਉਦੋਂ ਕੀ ਭਾੜ 800 ਗ੍ਰਾਮ ਹੀ ਹੋਵੇ ਬਾਦ ਦੇ ਵਿੱਚ ਪਿਆ ਪਿਆ ਥੋੜਾ ਬਹੁਤ ਭਾਰ ਘਟ ਵੀ ਜਾਂਦਾ ਯਾਰ ਸੁੱਕ ਸਕ ਗਿਆ ਉਹ ਜਿੱਦਾਂ ਬੂਰੀਆਂ ਚ ਬਈ ਕਣਕ ਜਾਂ ਕੇਹਰਾ ਝੋਨਾ ਸੁੱਕ ਜਾਂਦਾ ਨੇ ਆਉਂਦੇ ਨੇ ਵੀ ਇਹ ਭਾਰ ਘਟ ਗਿਆ ਜੀ ਇਹ ਥੋੜੀ ਜੀ ਨਮੀ ਜਿਹੜੀ ਸੀਗੀ ਜੀ ਹੋਰ ਵਿੱਚੋਂ ਝੋਕੀ ਗਈ ਐ ਇਸ ਕਰਕੇ ਨਮੀ ਘਟ ਗਈ ਤੇ ਭਾਰ ਵੀ ਘਟ ਗਿਆ ਕੀ ਪਤਾ ਨਮੀ ਨਾ ਘਟ ਗਈ ਉਹਦੇ ਚੋਂ ਪਰ ਚਲੋ ਇੱਕ ਗੱਲ ਤੇ ਐ ਵੀ ਉਸ ਬੰਦੇ ਦੇ ਸਦਕੇ ਜਾਈਏ ਜਿਹੜਾ ਬੰਦਾ ਏਡੀਕ ਲੜਾਈ ਲੈ ਕੇ ਗਿਆ ਤੇ ਗਾਂ ਸਦਕੇ ਉਹਨਾਂ ਦੇ ਜਾਈਏ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਸੀ ਤੇ ਉਹਨਾਂ ਨੇ ਮਤਲਬ ਜਿਹੜੀ ਮੇਰਾ ਖਰੋਤਲੇ 54 ਕਿ ਗ੍ਰਾਮ ਜਿਹੜੇ ਸੀਗੇ 54 ਗ੍ਰਾਮ ਬਣਦੇ ਐ 746 ਦੇ ਵਿੱਚੋਂ ਨਹੀਂ 75 ਨਹੀਂ 0.54 0.54 ਗ੍ਰਾਮ ਨਹੀਂ ਜੀ 800 ਗ੍ਰਾਮ ਦੇ ਵਿੱਚੋਂ ਠੀਕ ਆ 54 ਗ੍ਰਾਮ ਵੀ ਬਣਦੇ ਆ ਜੀ اچھا ਮੇਰਾ ਹਿਸਾਬ ਮਤਲਬ ਠੀਕ ਸੀਗਾ ਪਹਿਲਾਂ ਠੀਕ ਸੀ ਗੱਲ ਨਹੀਂ ਤੁਸੀਂ ਦੇਖੋ ਬਈ ਇੰਨਾ ਨਿਕਾਜਾ ਹਿਸਾਬ ਵੀ ਨਹੀਂ ਕਿ ਜਰਾ ਲਾਉਣਾ ਹੁੰਦਾ ਯਾਰ ਵੱਡੇ ਬੰਦੇ ਤੁਸੀਂ ਕਿਹੜੀਆਂ ਚੀਜ਼ਾਂ 4600 ਕਰੋੜ ਵਾਲੇ ਬੰਦਿਆਂ ਨੂੰ ਤੁਸੀਂ ਬਿਸਕੁਟ ਦੇ 56 ਗ੍ਰਾਮ ਦਾ ਤੁਸੀਂ 54 ਗ੍ਰਾਮ ਦਾ ਜੋ ਵੀ ਹਿਸਾਬ ਵਾਗ ਸੰਧਾਲੀਆ ਸਾਹਿਬ ਸੰਧਾਲੀਆ ਸਾਹਿਬ ਨਹੀਂ ਨਹੀਂ ਤੁਸੀਂ 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 ਮੇਰੀ ਬੇਨਤੀ ਨਹੀਂ ਨਹੀਂ ਮੇਰੀ ਬੇਨਤੀ ਸੁਣੋ ਤੁਸੀਂ 100 ਕਰੋੜ ਰੋਜ਼ ਤੋਂ ਤੁਹਾਨੂੰ ਮੈਂ 70 ਰੁਪਏ ਤੇ ਲੈ ਕੇ ਆਇਆ ਮੈਂ ਉਹੀ ਕਹਿਣ ਦਾ ਯਾਰ ਮਤਲਬ ਇਹਨਾਂ ਛੋਟੀਆਂ ਨਿੱਕੀਆਂ ਗੱਲਾਂ ਦੇ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ ਉਹਨੇ 7 ਰੁਪਏ ਦੀ ਲੜਾਈ ਦੀ ਗੱਲ ਹੀ ਤੇ ਹੋਊਗੀ ਕਿੱਥੇ ਉਧਰ ਕਰੋੜਾਂ ਰੁਪਏ ਦਾ ਕੰਮ ਚੱਲਣ ਡਿਆ ਵੇਖੋ ਰਾਜਨੀਤੀ ਦੀ ਗੱਲ ਜਦੋਂ ਕਰਦੇ ਆ ਤੇ ਗੱਲ ਚੱਲਦੀ ਹੈ ਵਾਟਸਐਪ ਲੋਕਤੰਤਰ ਦੀ ਤੇ ਲੋਕਤੰਤਰ ਨੂੰ ਮਤਲਬ ਪਰੋਇਆ ਹੋਇਆ ਦੇਸ਼ 5 ਸਾਲ ਬਾਅਦ ਲੋਕਤੰਤ੍ਰਿਕ ਤਰੀਕੇ ਨਾਲ ਲੋਕਾਂ ਵੱਲੋਂ ਲੋਕਾਂ ਲਈ ਚੁਣੀ ਜਾਂਦੀ ਸਰਕਾਰ ਜਿਹੜੀ ਆ ਉਹਦਾ ਕੰਮ ਚੱਲਦਾ ਤੇ ਹੁਣ ਵੇਖੋ ਇਸ ਲੋਕਤੰਤ੍ਰਿਕ ਦੇਸ਼ ਦੇ ਵਿੱਚ ਆ ਜਿਹੜੀਆਂ ਚੱਲਦੀਆਂ ਵੋਟਾਂ ਇਹਦੇ ਵਿੱਚ ਪੰਜਾਬ ਦੇ ਵਿੱਚ ਉਮੀਦਵਾਰ ਤੇ ਉਮੀਦਵਾਰ ਖੜਾ ਹੋ ਰਿਆ ਤੇ ਉਸ ਉਮੀਦਵਾਰ ਦੇ ਆਉਂਦਿਆਂ ਸਾਰੇ ਦੂਸਰੇ ਉਮੀਦਵਾਰ ਦੀਆਂ ਕੀਆਂ ਉਮੀਦਾਂ ਘਟ ਜਾਂਦੀਆਂ ਹੁਣ ਚੰਨੀ ਸਾਹ ਦਾ ਰੌਲਾ ਵਾਵਾ ਤੇਨਾਂ ਦਾ ਪਿਆਸ ਸੀ ਜਿੱਦ ਦਿਨ ਦਾ ਉਹਨਾਂ ਨੇ ਕੇਕ ਕਟਾਇਆ ਸੀਗਾ ਉਹੀ ਵੀ ਸਾਡਾ ਚੰਨੀ ਜਲੰਧਰ ਚਲੋ ਪਤਾ ਦਾ ਸੀਗਾ ਅਨਾਉਂਸਮੈਂਟ ਉਡੀਕਦੇ ਸੀ ਜਦੋਂ ਦੀ ਅਨਾਉਂਸਮੈਂਟ ਹੋ ਗਈ ਆ ਉਸ ਤੋਂ ਬਾਅਦ ਉਹਨਾਂ ਨੇ ਵੀ ਬਾਬੇ ਦੇ ਘਰ ਕਹਿੰਦੇ ਮੱਥਾ ਟੇਕ ਕੇ ਨਤਮਸਤਕ ਹੋ ਕੇ ਤੇ ਖਿੱਚਦਾ ਗੇਰ ਯਾ ਆਪਾਂ ਹੁਣ ਜਲੰਧਰ ਚੋਂ ਆਇਤ ਕੀ ਛੰਡੀ ਕੱਢ ਜਾਣੀ। ਦੇਖੋ ਸੰਧਾਲੀਆ ਸਾਹਿਬ ਚੰਨੀ ਸਾਹਿਬ ਨੂੰ ਪੂਰੀ ਆਸ ਸੀ ਇਸੇ ਕਰਕੇ ਉਹ ਚੁੱਪ ਸੀ ਸਰਗਰਮੀ ਕਰਦੇ ਸੀ ਪਰ ਕਿਸੇ ਦੇ ਖਿਲਾਫ ਨਹੀਂ ਸੀ ਬੋਲਦੇ। ਚੌਧਰੀ ਪਰਿਵਾਰ ਸ਼ਰਿਆਮ ਨੰਗੇ ਛੱਟੇ ਦਿਨ ਇਹ ਕਹਿੰਦਾ ਸੀ ਕਿ ਚੰਨੀ ਸਾਹਿਬ ਨੂੰ ਟਿਕਟ ਨਾ ਦਿਓ ਹੱਕ ਸਾਡਾ ਬਣਦਾ ਉਹ ਤਾਂ ਦੋ ਸੀਟਾਂ ਤੋਂ ਹਾਰਿਓ ਆ। ਇਹ ਕੱਲ ਤਾਂ ਸੰਧਾਲੀਆ ਸਾਹਿਬ ਮੰਨਣੀ ਪਊ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਬਾਰੇ ਮੰਨਿਆ ਜਾਂਦਾ ਕਿ ਕਮਜ਼ੋਰ ਲੀਡਰਸ਼ਿਪ ਹੈ। ਕਿ ਜਿਹੜਾ ਬੰਦਾ ਜਾਂਦਾ ਉੱਥੇ ਜਾ ਕੇ 4-5 ਐਮਐਲਏ ਲੈ ਕੇ ਕਦੇ ਉਪ ਮੁੱਖ ਮੰਤਰੀ ਦਾ ਅਹੁਦਾ ਲੈ ਆਉਂਦਾ ਕਦੇ ਕਿਸੇ ਨੂੰ ਹਟਵਾਇਆ ਆਉਂਦਾ ਕਦੇ ਕਿ ਆਪਣੇ ਬੰਦੇ ਫਿੱਟ ਕਰਾਏ ਆਉਂਦਾ ਪਰ ਆ ਜਿਹੜੀਆਂ ਪੰਜਾਬ ਦੀਆਂ ਟਿਕਟਾਂ ਮੰਡੀਆਂ ਨੇ ਖਾਸ ਤੌਰ ਤੇ ਜੇ ਤੁਸੀਂ ਜਲੰਧਰ ਅੰਮ੍ਰਿਤਸਰ ਤੇ ਪਟਿਆਲੇ ਵਾਲੇ ਪਾਸੇ ਤੇ ਜਾਂਦੇ ਹੋ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸਿੱਧੇ ਤੌਰ ਤੇ ਸਬੂਤ ਦਿੱਤਾ ਕਿ ਅਸੀਂ ਕਮਜ਼ੋਰ ਨਹੀਂ ਭਾਈ ਤੁਸੀਂ ਸਾਡੇ ਕੋਲੇ ਆ ਕੇ ਭਾਵੇਂ ਜਿੰਨਾ ਦਿਨ ਮਰਜੀ ਡੇਰੇ ਲਾ ਕੇ ਬੈਠੋ ਪਰ ਜਿਹੜਾ ਅਸੀਂ ਆਪਣਾ ਸਰਵੇਖਣ ਕਰਾਇਆ ਚਿਕਟਾਂ ਸੀ ਉਹਦੇ ਮੁਤਾਬਕ ਮੰਡਣੀਆਂ ਤੁਸੀਂ ਚੰਨੀ ਸਾਹਿਬ ਤੋਂ ਗੱਲ ਸਟਾਰਟ ਕੀਤੀ ਚੰਗਾ ਹੋਇਆ ਉਹ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸ਼੍ਰੀ ਦੁਰਗਿਆਣਾ ਮੰਦਿਰ ਨਾਲ ਹੀ ਭਗਵਾਨ ਵਾਲਮੀਕ ਮੰਦਿਰ ਤਿੰਨੇ ਜਗ੍ਹਾ ਤੇ ਜਦੋਂ ਮੱਥਾ ਟੇਕਣ ਜਾਂਦੇ ਆ ਤੇ ਉਹਨਾਂ ਦੇ ਨਾਲ ਕੁਝ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਇੱਕ ਸਰਦਾਰ ਪ੍ਰਗਟ ਸਿੰਘ ਦੂਸਰੇ ਸੁਖਮਿੰਦਰ ਸਿੰਘ ਕੋਟਲੀ ਤੀਸਰੇ ਲਾਡੀ ਸ਼ੇਰਵਾਲੀਆ ਸਾਹਿਬ ਤਿੰਨੋਂ ਮੌਜੂਦਾ ਐਮਐਲਏ ਨੇ ਹੋਰ ਵੀ ਕਈ ਲੀਡਰਸ਼ਿਪ ਉਹਨਾਂ ਦੇ ਨਾਲ ਹਲਕੇ ਦੇ ਤੇ ਤਿੰਨਾਂ ਦੇ ਵਿਧਾਨ ਸਭਾ ਹਲਕੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਆ ਜਾਨੀ ਪਹਿਲੇ ਹੀ ਦਿਨ ਟਿਕਟ ਅਨਾਉਂਸ ਹੋਣ ਤੋਂ ਤੁਰੰਤ ਬਾਅਦ ਇੱਕ ਤਾਂ ਗੁਰੂਕਰ ਜਾ ਕੇ ਨਤਮਸਤ ਹੋ ਗਿਆ ਚੰਨੀ ਸਾਹਿਬ ਦੂਸਰਾ ਉਹਨਾਂ ਨੇ ਜਲੰਧਰ ਲੋਕ ਸਭਾ ਹਲਕੇ ਦੇ ਬਹੁਤੇ ਲੋਕਾਂ ਦੇ ਚੁਣੇ ਹੋਏ ਤੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਜਿਹੜੇ ਲੀਡਰ ਨੇ ਉਹਨਾਂ ਨੂੰ ਨਾਲ ਲਿਜਾ ਕੇ ਲੋਕਾਂ ਨੂੰ ਇਹ ਸੰਕੇਤ ਦਿੱਤਾ ਕਿ ਇੱਕ ਤਾਂ ਬੰਦਾ ਤਾਂ ਹੋ ਸਕਦਾ ਮੇਰਾ ਵਿਰੋਧ ਕਰਦਾ ਹੋਵੇ ਬਹੁਤੇ ਬੰਦੇ ਮੇਰੇ ਨਾਲ ਨੇ ਤੇ ਉਹਨਾਂ ਨੇ ਮੇਰੇ ਹੱਕ 'ਚ ਡੱਟ ਕੇ ਪ੍ਰਚਾਰ ਕਰਨਾ ਤੇ ਮੈਂ ਤਕੜਾ ਉਮੀਦਵਾਰ ਹਾਂ ਉਹਦੇ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਚੰਨੀ ਸਾਹਿਬ ਨੂੰ ਟਿਕਟ ਤਾਂ ਦੇ ਦਿੱਤੀ ਫਲੋਰ ਦੇ ਐਮਐਲਏ ਚੌਧਰੀ ਵਿਕਰਮ ਸਿੰਘ ਨਾਲ ਨਹੀਂ ਸੀ ਉਹਨਾਂ ਦੇ ਉਹ ਵੀ ਨਾਲ ਹੋ ਸਕਦੇ ਸੀ ਜੇ ਸਪੋਰਟ ਕਰਦੇ ਹੁੰਦੇ ਪਰ ਉਹ ਤਾਂ ਪਹਿਲੇ ਕਹਿੰਦੇ ਸੀ ਕਿ ਇਸ ਬੰਦੇ ਨੇ ਮੁੱਖ ਮੰਤਰੀ ਹੁੰਦੇ ਆ ਜਿੱਦਾਂ ਦੇ ਕੰਮ ਕੀਤੇ ਆ ਇਹਨੂੰ ਤਾਂ ਜਾ ਕੇ ਪਰਾਸ਼ਚਿਤ ਕਰਨਾ ਚਾਹੀਦਾ ਆ ਆਪਾਂ ਦਾ ਜਿਹੜਾ ਉਪਰਾਸ਼ਚਿਤ ਕੀਤੇ ਤੋਂ ਬਿਨਾਂ ਤਾਂ ਕੰਮ ਸੂਤ ਹੀ ਨਹੀਂ ਆਉਣਾ ਇਹਨਾਂ ਦਾ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਇਹਨਾਂ ਨੂੰ ਸਨਿਆਸ ਲੈ ਲੈਣਾ ਚਾਹੀਦਾ ਇਹਨਾਂ ਨੂੰ ਫਲਾਨਾ ਕਰਨਾ ਚਾਹੀਦਾ ਬਹੁਤ ਕੁਝ ਕਿਹਾ ਸੀ ਉਹਨਾਂ ਨੇ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਜਲੰਧਰ ਤੋਂ ਪਵਨ ਕੁਮਾਰ ਟੀਨੂ ਹੋਰੀ ਜਿਹੜੇ ਆਮ ਆਦਮੀ ਪਾਰਟੀ ਦੇ ਸੰਭਾਵੀ ਕੈਂਡੀਡੇਟ ਹੋ ਸਕਦੇ ਆ ਜਦੋਂ ਜਲੰਧਰ ਤੋਂ ਬਲਵਿੰਦਰ ਕੁਮਾਰ ਬੀਐਸਪੀ ਦੇ ਕੈਂਡੀਡੇਟ ਹੋ ਚੁੱਕੇ ਆ ਜਦੋਂ ਸੁਸ਼ੀਲ ਰਿੰਕੂ ਨੂੰ ਭਾਜਪਾ ਟਿਕਟ ਦੇ ਚੁੱਕੀ ਹੈ ਤੇ ਉਸ ਜਲੰਧਰ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾ ਹੀ ਦਿੱਤਾ ਵਿਰੋਧਾ ਨੂੰ ਦਰਕਨਾਰ ਕਰਕੇ ਤਾਂ ਚੌਧਰੀ ਪਰਿਵਾਰ ਦਾ ਕੀ ਹੋਏਗਾ ਇੱਕ ਪਾਸੇ ਚਰਚਾ ਚੱਲਦੀ ਸੀ ਕਿ ਚੌਧਰੀ ਪਰਿਵਾਰ ਹੋ ਸਕਦਾ ਕਿਸੇ ਪਾਸੇ ਛਾਲ ਮਾਰ ਜਾਏ ਤੇ ਦੂਸਰੇ ਪਾਸੇ ਹੁਣ ਚਰਚਾ ਇਹ ਚੱਲਦੀ ਹੈ ਕਿ ਹੋ ਸਕਦਾ ਕਿ ਚੌਧਰੀ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜੀ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਚੌਧਰੀ ਬਿਕਰਮ ਹੋਰੀ ਤਾਂ ਐਮਐਲਏ ਨਹੀਂ। ਹੋ ਸਕਦਾ ਕਿ ਉਹਨਾਂ ਦੇ ਮਾਤਾ ਜੀ ਚੌਧਰੀ ਕਰਮਜੀਤ ਕੌਰ ਜਿਹੜੇ ਆ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਕੈਂਡੀਡੇਟ ਬਣਾਤਾ ਜਾਵੇ। ਵੈਸੇ ਕਾਂਗਰਸ ਦਾ ਰਵਾਜ ਹੀ ਹੈ। ਜਦੋਂ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇਣੀ ਸੀ ਨਾ ਇੱਥੋਂ। ਉਦੋਂ ਮਹਿੰਦਰ ਸਿੰਘ ਕੇਪੀ ਸਭ ਤੋਂ ਵੱਡੇ ਦਾਵੇਦਾਰ ਸਨ। ਉਹ ਐਮਪੀ ਰਹਿ ਆ ਵੀ ਚੁੱਕੇ ਸੀ ਜਿਲੰਦਰੋਂ। ਤਾਂ ਫਿਰ ਕੇਪੀ ਸਾਹਿਬ ਦੀ ਟਿਕਟ ਇੱਥੋਂ ਕੱਟੀ ਚੌਧਰੀ ਸੰਤੋਖ ਸਿੰਘ ਨੂੰ ਇੱਥੋਂ ਕੈਂਡੀਡੇਟ ਬਣਾਇਆ ਤੇ ਕੇਪੀ ਸਾਹਿਬ ਨੂੰ ਸ਼ਿਫਟ ਕਰਕੇ ਡੈਪੂਟੇਸ਼ਨ ਤੇ ਭੇਜਿਆ ਹੁਸ਼ਿਆਰਪੁਰ ਉੱਥੋਂ ਉਮੀਦਵਾਰ ਬਣਾਇਆ ਉਹ ਹਰ ਗਿਆ ਸੀ ਐਤਕੀ ਵੀ ਹੋ ਸਕਦਾ ਕਿ ਚਰਨਜੀਤ ਸਿੰਘ ਚੰਨੀ ਦੀ ਟਿਕਟ ਨੂੰ ਸੁਰੱਖਿਤ ਕਰਕੇ ਤੇ ਚੌਧਰੀ ਪਰਿਵਾਰ ਕਿਤੇ ਵਿਰੋਧ ਨਾ ਕਰ ਦੇਵੇ ਹੋ ਸਕਦਾ ਕਿ ਜੇ ਤਾਂ ਮਹਿੰਦਰ ਸਿੰਘ ਕੇਪੀ ਹੋਰਾਂ ਨੂੰ 10 ਸਾਲ ਪਹਿਲਾਂ ਹੁਸ਼ਿਆਰਪੁਰ ਭੇਜਿਆ ਸੀ ਉਸੇ ਤਰੀਕੇ ਐਤਕੀ ਚੌਧਰੀ ਪਰਿਵਾਰ ਦਾ ਕੋਈ ਇੱਕ ਜੀ ਜਿਹੜਾ ਉਹਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾ ਦੇਵੇ ਵੈਸੇ ਵੀ ਜਦੋਂ ਦੇ ਡਾਕਟਰ ਰਾਜਕਮਰ ਚੱਬੇਵਾਲ ਸਾਹਿਬ ਕਾਂਗਰਸ ਪਾਰਟੀ ਛੱਡ ਕੇ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣੇ ਆ ਆਖਿਰਕਾਰ ਕਾਂਗਰਸ ਨੇ ਕਿਸੇ ਨਾ ਕਿਸ ਨੂੰ ਖੜੇ ਤਾਂ ਕਰਨਾ ਹੀ ਆ ਜੇ ਚੌਧਰੀ ਪਰਿਵਾਰ ਚੋਂ ਹੋਜੂ ਤਾਂ ਵਰਕ ਹੀ ਪੈਂਦਾ ਵੈਸੇ ਮੈਂ ਆ ਜਿਹੜੀ ਤੁਹਾਡੀ ਮਗਰ ਲਈ ਗੱਲ ਇਹ ਤੂੰ ਚੇਤਾ ਆ ਗਿਆ ਆ ਘੁੰਮਦਾ ਘਮਾਉਂਦਾ ਮੈਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੇਚ ਦੀ ਲੰਘਿਆ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ 2022 ਵਾਲੀਆਂ ਜਿਹੜੀਆਂ ਚੋਣਾਂ ਸੀਗੀਆਂ ਨਾ ਉਹਨਾਂ ਚੋਣਾਂ ਦੇ ਅਜੇ ਵੀ ਕੰਧਾਂ ਤੇ ਲੱਗੇ ਸਟicker ਮੈਂ ਦੇਖੇ ਜਿਹੜੇ ਪੋਸਟਰ ਹੁੰਦੇ ਆ ਤੇ ਉਹਦੇ ਤੇ ਚੱਬੇ ਵਾਲ ਸਾਹਿਬ ਦੀ ਫੋਟੋ ਲੱਗੀ ਨਾਲ ਕਾਂਗਰਸ ਦਾ ਚੋਣ ਨਿਸ਼ਾਨ ਸੀਗਾ ਤੇ ਤੁਹਾਡੇ ਆਪਣੇ ਉਮੀਦਵਾਰ ਜਿੱਦਾਂ ਲਿਖਿਆ ਹੁੰਦਾ ਸਾਰੇ ਉਹ ਲਿਖਿਆ ਜੀ ਮੈਂ ਸੋਚਾ ਅਚਾਨਕ ਮੇ ਨਜ਼ਰ ਪਈ ਮੈਂ ਕਿਹਾ ਯਾਰ ਇਹ ਤੇ ਬਦਲ ਨਹੀਂ ਗਿਆ ਸੀ ਮੌਲ ਫਿਰ ਮੈਂ ਅੰਦਾਜ਼ਾ ਲਾਇਆ ਮੈਂ ਉਹ ਤੁਸੀਂ ਦੇਖੋ ਵੀ ਜਿਹੜਾ ਪੋਸਟਰ ਆ ਕੰਨ ਤੇ ਲੱਗਾ ਉਹਦੀ ਬੁਨਿਆਦ ਹੈਗੀ ਜੀ ਲੀਡਰ ਦੀ ਬੁਨਿਆਦ ਕਿਸੇ ਵਾਰੀ ਨਹੀਂ ਹੁੰਦੀ ਅਗਲਾ ਕਹਿੰਦਾ ਨਹੀਂ ਯਾਰ ਹੁਣ ਗੱਲ ਬਣਦੀ ਨਹੀਂ ਇਧਰ ਆ ਪਾਉਣ ਫਲਾਨੀ ਪਾਰਟੀ ਚੱਲੇ ਬਾਕੀ ਚਲੋ ਜਲੰਧਰ ਦੇ ਹਲਕੇ ਦੀ ਗੱਲ ਕਰੀਏ ਤੇ ਚੰਨੀ ਸਾਹਿਬ ਬਾਰੇ ਲਗਭਗ 90% ਤੈ ਹੈ ਸੀਗਾ ਵੀ ਉਹਨਾਂ ਨੇ ਇਧਰ ਆ ਜਾਣਾ ਹੁਣ ਚਲੋ ਠੀਕ ਹੈ ਜੀ ਚੌਧਰੀ ਪਰਿਵਾਰ ਨੂੰ ਕਾਂਗਰਸ ਹਾਈਕਮਾਨ ਉਹਦੇ ਅਡਜਸਟ ਕਰ ਦਿੰਦੀ ਆ ਤੇ ਫਿਰ ਇਹ ਤੇ ਗੱਲ ਹੈਗੀ ਆ ਵੀ ਬਾਕੀ ਦੇ ਬੰਦੇ ਸਾਰੇ ਨਾਲ ਨੇ ਇਸ ਕਰਕੇ ਟੱਕਰ ਜਿਹੜੀ ਆ ਉਹ ਹੁਣ ਇੱਥੇ ਬਣ ਜੂਗੀ ਪਰ ਇਹਦੇ ਚ ਮੈਨੂੰ ਲੱਗਦਾ ਵੀ ਤੁਸੀਂ ਦੇਖੋ ਜੇ ਰਿੰਕੂ ਸਾਹਿਬ ਦੀ ਗੱਲ ਕਰੀਏ ਤੇ ਉਹ ਟਿਕਟ ਟਿਕ ਛੱਡ ਕੇ ਤੇ ਦੂਸਰੀ ਟਿਕਟ ਦਾ ਕਰਕੇ ਆਣ ਖੜੇ ਤੀਨੂ ਸਾਹਿਬ ਬੜਾ ਚਿਰ ਤੋਂ ਆਕਾਲੀ ਦਲ ਦੇ ਨਾਲ ਸੀਗੇ ਉਹਨਾਂ ਨੇ ਆਖਿਆ ਵੀ ਨਹੀਂ ਹੁਣ ਮੈਂ ਆਪ ਦੀ ਟਿਕਟ ਤੇ ਉਪਰਚੋਣ ਲੜਨੀ ਆ ਜੇ ਆਪਾਂ ਚੰਨੀ ਸਾਹਿਬ ਦੀ ਗੱਲ ਕਰੀਏ ਤੇ ਚੰਨੀ ਸਾਹਿਬ ਨੂੰ ਜਲੰਧਰ ਵਾਲੇ ਕਿੱਥੇ ਜਾਣਦੇ ਸੀ ਇਹ ਤੋਂ ਪਹਿਲਾਂ ਉਹ ਮੁੱਖ ਮੰਤਰੀ ਦੇ ਤੌਰ ਤੇ ਥੋੜਾ ਜਿਹਾ ਕਾਰਜਕਾਲ ਨਾ ਦਾ ਸੀਗਾ ਚੰਦ ਮਹੀਨਿਆਂ ਦਾ ਪਰ ਇਹ ਤੋਂ ਬਿਨਾ ਤੇ ਕੁਝ ਨਹੀਂ ਪਰ ਉਹ ਵੀ ਬਾਹਰੋਂ ਆਣ ਕੇ ਉਹਨੇ ਬ੍ਰੇਕ ਇੱਥੇ ਲਵਾਤੀ ਹੁਣ ਇੰਨੀਆਂ ਐਡਜਸਟਮੈਂਟਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਹੈਗਾ ਵੀ ਯਾਰ ਉਹਨਾਂ ਨੇ ਵੀ ਕੁਝ ਨਾ ਕੁਝ ਸਾਹਬ ਕਿਤਾਬ ਕਿਸੇ ਨਾ ਕਿਸੇ ਪਾਸੇ ਨਾਉਣਾ ਕਿ ਨਹੀਂ ਤੇ ਮੈਨੂੰ ਇਹ ਜਾਪਦਾ ਵੀ ਕੱਲ ਦੀਆਂ ਜਿਹੜੀਆਂ ਉਹ ਸ਼ਰਤਾਂ ਜਿਹੜੀਆਂ ਹੁੰਦੀਆਂ ਨਾ ਵੀ ਚਾਹ ਲਾ ਸ਼ਰਤਾਂ ਤੇ ਫਲਾਨਾ ਜੀ ਤੁ ਉਹ ਬੰਦੇ ਵੀ ਠੰਡੇ ਜਿਹੇ ਪਏ ਆ ਵੀ ਯਾਰ ਹੁਣ ਲਾਈਏ ਸ਼ਰਤ ਤੇ ਕਿਹਦੇ ਤੇ ਲਾਈਏ ਜਦਾਂ ਦਾ ਫਸਮਾ ਜਾ ਮੈਚ ਹੋ ਗਿਆ ਨਹੀਂ ਮੈਂ ਤਾਂ ਇਹ ਹੀ ਉਹਨਾਂ ਨੂੰ ਸਲਾਹ ਦੇਣਾ ਕਿ ਤੁਸੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਸ਼ਰਤ ਲਾਇਆ ਕਿਤੇ ਬੰਦੇ ਤੇ ਨਾ ਸ਼ਰਤ ਲਾ ਬੈਠੇ ਹੋ ਕਿਉਂਕਿ ਬੰਦੇ ਦਾ ਕੀ ਪਤਾ ਇੱਥੇ ਤਾਂ ਮਿਲੀਆਂ ਟਿੱਕਾ ਛੱਡ ਕੇ ਚਲੇ ਜਾਂਦੇ ਆ ਕੋਈ ਕੋਈ ਹਿਸਾਬ ਕਿਤਾਬ ਥੋੜੋ ਆ ਸੰਧਾਲੀਆ ਸਭ ਰੌਚਕ ਗੱਲ ਹੋ ਗਈ ਆਪਾਂ ਸੰਗਰੂਰ ਦੇਖਦੇ ਆ ਕਿ ਸੰਗਰੂਰ ਤੋਂ ਵੱਡੀ ਸੀਟ ਕੋਈ ਨਹੀਂ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਧ ਨਜ਼ਰਾ ਕਿਸੇ ਪਾਸੇ ਟਿਕਿਆ ਰਹਿਣੀ ਹੈ ਤਾਂ ਸੰਗਰੂਰ ਤੋਂ ਪੁਲਾਥ ਦੇ ਵਿੱਚ ਇੱਕ ਇਕੱਠ ਹੁੰਦਾ ਐਮਐਲਏ ਸਰਦਾਰ ਸੁਖਪਾਲ ਸਿੰਘ ਖਹਿਰਾ ਸੰਬੋਧਨ ਕਰਦੇ ਆ ਉਹ ਕਹਿੰਦੇ ਜੀ ਪਾਰਟੀ ਨੇ ਜ਼ਿੰਮੇਵਾਰੀ ਵੱਡੀ ਦਿੱਤੀ ਕਾਂਗਰਸ ਨੇ ਸੰਗਰੂਰ ਤੋਂ ਚੋਣ ਲੜਨੀ ਆ ਪਰ ਭਲਾਥ ਵਾਲਿਓ ਥੋੜਾ ਦੇਣ ਨਹੀਂ ਮੈਂ ਦੇ ਸਕਦਾ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੀ ਰਹੂੰਗਾ ਪਰ ਤੁਸੀਂ ਮੇਰੀ ਮਦਦ ਇੱਥੇ ਵੀ ਕੀਤੀ ਆ ਤੇ ਸੰਗਰੂਰ ਆ ਕੇ ਵੀ ਕਰਿਓ ਹੁਣ ਸੰਗਰੂਰ ਦੇ ਵਿੱਚ ਤੁਸੀਂ ਹਾਲਾਤ ਦੇਖੋ ਕੀ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਵੱਡੇ ਕਦਮ ਉੱਤੇ ਦੇ ਨੌਜਵਾਨ ਲੀਡਰ ਗੁਰਮੀਤ ਸਿੰਘ ਮੀਤਹਿਰ ਨੂੰ ਮੈਦਾਨ ਦੇ ਵਿੱਚ ਲੈ ਆਂਦਾ ਸੈਟਿੰਗ ਐਮਪੀ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਕਈ ਮਹੀਨੇ ਹੋ ਗਏ ਸਰਗਰਮੀਆਂ ਸ਼ੁਰੂ ਨਹੀਂ। ਉੱਥੇ ਹੀ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਸਾਹਿਬ ਜਿਹੜੇ ਆ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਥਾਪੜਾ ਦਿੱਤਾ ਢੀਂਸਾ ਪਰਿਵਾਰ ਨੂੰ ਪਰੇ ਕਰਕੇ। ਤੇ ਜਦੋਂ ਹੁਣ ਕਾਂਗਰਸ ਪਾਰਟੀ ਨੇ ਉੱਥੋਂ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਨੂੰ ਕਿਹਾ ਕਿ ਤੁਸੀਂ ਜਾਓ ਜੀ ਖੈਰਾ ਸਾਹਿਬ। ਤੁਸੀਂ ਕਰੋ ਜੇ ਤਨ ਉੱਥੇ ਜਾ ਕੇ ਕਿਉਂਕਿ ਵੱਡਿਆਂ ਦੇ ਨਾਲ ਵੱਡੇ ਹੀ ਖੰਦੇ ਚੰਗੇ ਲੱਗਦੇ ਆ। ਹੁਣ ਸੰਗਰੂਰ ਵਾਲੀ ਸੀਟ ਹਾਲਾਂਕਿ ਮੈਂ ਇੱਥੇ ਇੱਕ ਥੋੜਾ ਜਿਹਾ ਸੰਕੇਤ ਦੇ ਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਕੋਲ ਇੱਕੋ ਹੀ ਸੀਟ ਹੈ ਉਹ ਸੰਗਰੂਰ ਵਾਲੀ ਹੈ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਕਈ ਮੁੱਦਿਆਂ ਦੇ ਉੱਤੇ ਪੰਜਾਬ ਦੇ ਲਈ ਆਵਾਜ਼ ਬੜੀ ਉੱਚੀ ਕਰਕੇ ਚੁੱਕਦੇ ਰਹੇ ਤੇ ਕਈ ਮੁੱਦਿਆਂ ਦੇ ਉੱਤੇ ਉਹਨਾਂ ਦੀ ਆਵਾਜ਼ ਸਾਂਝੀ ਤਾਂ ਨਹੀਂ ਹੁੰਦੀ ਸੀ ਪਰ ਇੱਕ ਟਰੈਕ ਤੇ ਹੁੰਦੀ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਲ ਦੇ ਕਈ ਸਮਰਥਕਾਂ ਦਾ ਇਹ ਮੰਨਣਾ ਸੀ ਕਿ ਜੇ ਖੈਰਾ ਸਾਹਿਬ ਵੀ ਸੰਗਰੂਰ ਤੋਂ ਹੀ ਆਣ ਕੇ ਚੋਣ ਲੜਦੇ ਆ ਤਾਂ ਹੋ ਸਕਦਾ ਕਿ ਮਾਨ ਸਾਹਿਬ ਦੀਆਂ ਵੋਟਾਂ ਨੂੰ ਘਟਾ ਪਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਦਾ ਹੁਣ ਜਦੋਂ ਇਹ ਸਾਰੇ ਵੱਡੇ ਚਿਹਰੇ ਇੱਕੋ ਹੀ ਹਲਕੇ ਦੇ ਵਿੱਚ ਆ ਕੇ ਅਟਕ ਗਏ ਕਿੰਨੇ ਕਾਂਗਰਸੀ ਨੇ ਜਿਹੜੇ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਦੇ ਨਾਲ ਤੁਰਨਗੇ ਮਿਲਣਾ ਦਾ ਸਾਰਾ ਹੀ ਤੁਰ ਪੈਣੇ ਕੋਈ ਵੱਡਾ ਵਿਰੋਧ ਨਹੀਂ ਹੋਣਾ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਉਹਨਾਂ ਨੇ ਪਹਿਲਾਂ ਕਿਹਾ ਵੀ ਸੀ ਕਿ ਕਿਸੇ ਹਲਕੇ ਦੇ ਲੋਕਲ ਬੰਦੇ ਨੂੰ ਟਿਕਟ ਦੇ ਦਿਓ ਪਰ ਜੇ ਹਾਈ ਕਮਾਂਡ ਨੇ ਮੈਨੂੰ ਦਿੱਤੀ ਮੈਂ ਚੋਣ ਲੜ ਲਊਗਾ ਐਦਕੀ ਦਿਲਚਸਪ ਹੋਊਗਾ ਸੰਗਰੂਰ ਦਾ ਰਣ ਖੇਤਰ ਉਹ ਸੰਗਰੂਰ ਜਿੱਥੋਂ 2014 ਦੇ ਵਿੱਚ ਭਗਵੰਤ ਸਿੰਘ ਸਾਬ 2 ਲੱਖ ਨਾਲ ਜਿੱਤੇ ਸੀ 19 ਦੇ ਵਿੱਚ ਜਾ ਕੇ 1 ਲੱਖ ਨਾਲ ਜਿੱਤੇ ਸੀ ਤੇ ਆ ਜ਼ਿਮਨੀ ਚੋਣ ਜਿਹੜੀ 22 ਦੇ ਵਿੱਚ ਹੋਈ ਸੀ ਉੱਥੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ 5-6000 ਵੋਟਾਂ ਨਾਲ ਹਾਰਿਆ ਸੀ ਵੈਸੇ ਇੱਕ ਗਲਤ ਹੈਗੀ ਆ ਵੀ ਸੰਗਰੂਰ ਤੋਂ ਵੀ ਲਗਭਗ ਖਰਾ ਸਾਹਿਬ ਦੀ ਟਿਕਟ ਪੱਕੀ ਜਾਪਦੀ ਸੀ ਕਿਉਂਕਿ ਜਦੋਂ ਦੀ ਚਰਚਾ ਚੱਲੀ ਜਾਂਦੀ ਸੀ ਦੇ ਸਾਹਮਣੇ ਵਾਲੇ ਪਾਸਿਓ ਕੋਈ ਇਦਾਂ ਜਲੰਧਰ ਤਾਂ ਫਿਰ ਵੀ ਕੋ ਕਾਟਾ ਚੀਟਾ ਮਾਰਨ ਵਾਲਾ ਸੀਗਾ ਬੰਦਾ ਪਰ ਉੱਥੇ ਵੀ ਹੈ ਨਹੀਂ ਸੀ। ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਸੰਗਰੂਰ ਵਾਲੀ ਸੀਟ ਆ ਜਿੱਥੇ ਆਪਾਂ ਪੂਰੇ ਦੇਸ਼ ਦੇ ਵਿੱਚ ਦੇਖਦੇ ਆ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਵਾਲਿਆਂ ਦਾ ਆਪਸ ਦੇ ਵਿੱਚ ਬੜਾ ਗੱਠ ਜੁੜਿਆ ਤੇ ਜਦੋਂ ਦਾ ਗੱਠ ਜੁੜ ਹੋਇਆ ਪੰਜਾਬ ਚ ਵੀ ਆਪਾਂ ਵੇਖਿਆ ਸੀ ਵੀ ਕਾਂਗਰਸੀ ਲੀਡਰਾਂ ਦੇ ਸੁਰ ਥੋੜੇ ਜਿ ਮੱਦਮ ਸੀ ਸਰਕਾਰ ਵਾਲੇ ਪਾਸੇ ਤੋਂ। ਉੱਥੇ ਸੰਗਰੂਰ ਚ ਮੈਨੂੰ ਲੱਗਦਾ ਵੀ ਇਦਾਂ ਸ਼ਾਇਦ ਨਾ ਹੋਵੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਪਿਛਲਾ ਹਿਸਾਬ ਤਾਂ ਵੀ ਹੈਗਾ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਕਰਨ ਵਾਲਾ। ਤੇ ਹੁਣ ਤੁਸੀਂ ਆਪ ਸੋਚੋ ਵੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਆਪਣਾ ਉਹ ਹਲਕਾ ਹੋਵੇ ਉੱਥੇ ਉਹਨਾਂ ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਵਾਲੀ ਸੁਖਵਾਰ ਸਿੰਘ ਖਹਿਰਾ ਸਾਹਿਬ ਨੂੰ ਭੇਦਣ ਵੀ ਆਓ ਜੀ ਤੁਸੀਂ ਲੜੋ ਲੜਾਈ ਹਾਲਾਂਕਿ ਕੈਂਡੀਡੇਟ ਉਥੋਂ ਮੀਤਿਹਰ ਸਾਹਿਬ ਨੇ ਪਰ ਇਹ ਤੇ ਗੱਲ ਕਲੀਅਰ ਹੈ ਵੀ ਜੇ ਮੁੱਖ ਮੰਤਰੀ ਸਾਹਿਬ ਦਾ ਹਲਕਾ ਤੇ ਲੜਾਈ ਤੁਸੀਂ ਤੇ ਮੁੱਖ ਮੰਤਰੀ ਸਾਹਿਬ ਨਾਲ ਹੀ ਬਣਨੀ ਹੁਣ ਉੱਥੇ ਹੋ ਸਕਦਾ ਵੀ ਰੈਲੀਆਂ ਦੇ ਵਿੱਚ ਭਾਸ਼ਣਾ ਦੇ ਵਿੱਚ ਲੋਕ ਜਦੋਂ ਦਰਿਆਾਂ ਤੇ ਬਹਿ ਕੇ ਗੱਲਾਂ ਸੁਣਿਆ ਕਰਨਗੇ ਤੇ ਜਿਹੜਾ ਬੰਦਾ ਜਿਹੜੀ ਵੀ ਰੈਲੀ 'ਚ ਜਾਊਗਾ ਉਹ ਦੂਸਰੇ ਦੀਆਂ ਚਾਰ ਸੁਣ ਕੇ ਆਊਗਾ ਢਿੱਲਾ ਨਹੀਂ ਆਉਣ ਦਿੰਦੇ ਇਹ ਮੈਨੂੰ ਲੱਗਦਾ ਹੋ ਸਕਦਾ ਵੀ ਆ ਜਦੋਂ ਤੱਕ ਇਲੈਕਸ਼ਨਾਂ ਚੱਲਣੀਆਂ ਨੇ ਜੇ ਸਭ ਤੋਂ ਵੱਧ ਤੱਤਾ ਬਿਆਨ ਤੱਤੀ ਖਬਰ ਕੋ ਬਣੇ ਤੇ ਸ਼ਾਇਦ ਉਸਰਕੇ ਚ ਬਣਿਆ ਕਰੇ ਨਹੀਂ ਇਹਦੇ ਵਿੱਚ ਕੋਈ ਦੋਰਾ ਨਹੀਂ ਸੰਧਾਲੀਆ ਸਭ ਗੱਲ ਇਦਾਂ ਹੀ ਹੋਣੀ ਐ ਉਧਰੋ ਹੀ ਤੁਸੀਂ ਦੇਖੋ ਭਾਸ਼ਣ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਲੋਕ ਸਾਰ ਰੋਕੇ ਸੁਣਦੇ ਆ ਤੇ ਖੈਰਾ ਸਾਹਿਬ ਦੀ ਭਾਸ਼ਣ ਕਲਾ ਤੋਂ ਆਪਾਂ ਸਾਰੇ ਜਾਣਦੇ ਆ ਮੀਤ ਹੇਅਰ ਬਹੁਤ ਤੱਤਾ ਨਹੀਂ ਬੋਲਦੇ ਬਹੁਤ ਸਖਤ ਨਹੀਂ ਬੋਲਦੇ ਪਰ ਜਿਸ ਤਰੀਕੇ ਉਹ ਤੱਥ ਤੇ ਰਹਿ ਕੇ ਗੱਲ ਕਰਦੇ ਹੁੰਦੇ ਆ ਤੇ ਭਾਸ਼ਣ ਤੋਂ ਤਾਂ ਵੀ ਰਸੀਲਾ ਹੀ ਉਸ ਪਾਸੇ ਹੋਇਆ ਕਰਨਾ ਕਮੀ ਕਿਸੇ ਪਾਸੇ ਨਹੀਂ ਹੈ ਕੋਈ ਤੁਸੀਂ ਇਹ ਅੰਦਾਜ਼ਾ ਲਾ ਕੇ ਚੱਲੋ ਭਾਜਪਾ ਦੀ ਉਡੀਕ ਹੈ ਜੇ ਕਿਹਨੂੰ ਟਿਕਟ ਦਿੰਦੇ ਹੈ ਗੱਲ ਹੈ WhatsApp ਸੰਗਰੂਰ ਹਲਕੇ ਦੀ ਆਪਾਂ ਗੱਲ ਕਰਦੇ ਸੀ ਤੇ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਵੀ ਜਿਹੜੀ ਗੱਲ ਕਲੀਅਰ ਕਰਨ ਵਾਲੀ ਆ ਉਹ ਆ ਕਿ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਸੰਗਰੂਰ ਹਲਕੇ ਦੀ ਤੇ ਸੰਗਰੂਰ ਹਲਕਾ ਢੀਂਡਸਾ ਪਰਿਵਾਰ ਕੋਲ ਹੁੰਦਾ ਸੀ ਸ਼ਰਮਣੀ ਅਕਾਲੀ ਦਲ ਦੀ ਆਪਾਂ ਗੱਲ ਕਰ ਲਈਏ ਤੇ ਜਦੋਂ ਰੀਸੈਂਟਲੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਾਕ ਮਾਰੀ ਆਵਾਜ਼ ਮਾਰੀ ਮਾਫੀ ਮੰਗੀ ਬਿੰਨੇ ਜੀ ਇਕੱਠੇ ਹੋਈਏ ਕਰਾਪ ਦੁਬਾਰਾ ਮੁੜੀਏ ਜੁੜੀਏ ਐਦਾਂ ਗੱਡੀ ਨਹੀਂ ਚਲਣੀ ਬਹੁਤ ਸਾਰੇ ਲੀਡਰ ਆ ਗਏ ਸੀ ਪਰ ਢੀਂਡਸਾ ਸਾਹਿਬ ਤੇ ਉਹਨਾਂ ਦੀ ਪਾਰਟੀ ਨੇ ਕਿਹਾ ਸੀ ਵੀ ਨਹੀਂ ਆਪਾਂ ਇੱਕ ਕਮੇਟੀ ਬਣਾਉਣੀ ਆ ਉਸ ਤੋਂ ਬਾਅਦ ਸਲਾਹ ਮਸ਼ਵਰੇ ਤੋਂ ਬਾਅਦ ਆਵਾਂਗੇ ਬੜੀ ਕਿਆਸਰਾਈ ਚੱਲੀ ਵੀ ਨਹੀਂ ਯਾਰ ਸ਼ਾਇਦ ਵਾਪਸ ਆਉਣ ਵਾਲੇ ਹੈ ਨਹੀਂ ਕਮੇਟੀ ਦਾ ਮਤਲਬ ਇਹ ਹੋਉਂਦਾ ਕਿ ਕੋਈ ਨਹੀਂ ਬ੍ਰੇਕ ਲਾ ਲਓ ਪਰ ਜਿੱਦਾਂ ਉਹਨਾਂ ਨੇ ਪਾਰਟੀ ਦੇ ਵਿੱਚ ਵਾਪਸੀ ਕੀਤੀ ਬੜੀ ਇਹ ਚਰਚਾ ਸੀ ਕਿ ਸ਼ਾਇਦ ਸ਼ਰੋਮਣੀ ਅਕਾਲੀ ਦਲ ਹੁਣ ਸੰਗਰੂਰ ਹਲਕਾ ਫਿਰ ਢੀਂਡਸਾ ਪਰਿਵਾਰ ਨੂੰ ਦੇ ਦੇਵੇ ਤੇ ਹੋ ਸਕਦਾ ਵੱਡੇ ਢੀਂਡਸਾ ਸਾਹਿਬ ਤੇ ਨਹੀਂ ਛ ਉਹ ਹੋ ਸਕਦਾ ਵੀ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣ ਪਰ ਹੁਣ ਜਿੱਦਾਂ ਢੀਂਟਾ ਸਾਹਿਬ ਪਰਿਵਾਰ ਨੂੰ ਟਿਕਟ ਨਹੀਂ ਮਿਲੀ ਜਾਂ ਉਹਨਾਂ ਨੇ ਖੁਦ ਕਿਹਾ ਵੀ ਅਸੀਂ ਇਹ ਇਲੈਕਸ਼ਨ ਨਹੀਂ ਲੜਨੀ ਤੇ ਉਥੋਂ ਅਕਾਲੀ ਦਲ ਨੇ ਝੁੰਡਾ ਸਭ ਨੂੰ ਲਿਆਂਦਾ ਉਥੇ ਉਹਦੇ ਤੇ ਵੀ ਬੜੀ ਤਰ੍ਹਾਂ ਦੀਆਂ ਕਿਆਸਰਾਈਆਂ ਨੇ ਵੀ ਫਿਰ ਜੇ ਉਹ ਇਕੱਠਾ ਕਰਨ ਦੀ ਗੱਲ ਸੀ ਹਾਲਾਂਕਿ ਵੱਡੇ ਢੀਂਟਾ ਸਾਹਿਬ ਨੂੰ ਉਹਨਾਂ ਨੇ ਸਰਪ੍ਰਸ ਦੀ ਕੁਰਸੀ ਦੇ ਉੱਪਰ ਹੀ ਬਿਠਾਇਆ ਉਹ ਮਾਨ ਸਤਕਾਰ ਵੀ ਦਿੱਤਾ ਪਰ ਟਿਕਟ ਵਾਲੇ ਪਾਸਿਓਂ ਕਿਉਂ ਹੱਥ ਕੋਟ ਲਿਆ ਉਹਦੀ ਚਰਚਾ ਤੇ ਹੈਗੀ ਆ ਗਲਤੀ ਵੀ ਚਲਦੀ ਆ ਕਿ ਢੀਂਸਾ ਸਾਹਿਬ ਦੇ ਪਰਿਵਾਰ ਦੇ ਨਾਲ ਟਿਕਟਾਂ ਵੰਡਣ ਤੋਂ 2 ਦਿਨ ਪਹਿਲਾਂ ਤੇ ਹੁਣ ਤੱਕ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੱਲ ਨਹੀਂ ਹੋਈ ਪਾਰਟੀ ਪ੍ਰਧਾਨ ਦੀ ਕੋਈ ਬੰਦਾ ਗੁੱਸੇ ਰਾਜੀ ਹੋਵੇ ਨਾ ਤਾਂ ਉਹਨੂੰ ਘਰ ਜਾ ਕੇ ਮਨਾਇਆ ਜਾਂਦਾ ਉਹਨਾਂ ਨੂੰ ਆਖਿਆ ਜਾਂਦਾ ਕਿ ਕੋਈ ਨਹੀਂ ਹਾਂ ਆ ਸਿਆਲ ਨਿਕਲੇ ਆ ਗਰਮੀਆਂ ਸ਼ੁਰੂ ਹੋਈਆਂ ਤੇ ਲੋਕਾਂ ਨੇ ਕੰਬਲ ਤੇ ਰਜਾਈਆਂ ਜਿਹੜੀਆਂ ਨੇ ਧਵਾ ਕੇ ਉਹਨਾਂ ਦੇ ਕਵਰ-ਕਵਰ ਜਾ ਤੇ ਫਿਰ ਰਜਾਈਆਂ ਜਿਹੜੀਆਂ ਨੇ ਉਸ ਥੁੱਕੇ ਪਾ ਕੇ ਧੁੱਪੇ ਪਾ ਕੇ ਚੰਗੀ ਤਰ੍ਹਾਂ ਸੁਕਾ ਕੇ ਤਾਂ ਹੁਣ ਪੇਟੀਆਂ 'ਚ ਰੱਖਤੀਆਂ ਮੈਨੂੰ ਐ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਸ ਫੈਸਲੇ ਦੇ ਨਾਲ ਢੀਂਡਸਾ ਸਾਹਿਬ ਦਾ ਪਰਿਵਾਰ ਅਕਾਲੀ ਸਿਆਸਤ ਦੇ ਵਿੱਚ ਉਸੇ ਤਰੀਕੇ ਪੇਟੀ ਸੰਦੂਖ ਦੇ ਇੱਕ ਖੂਂਜੇ 'ਚ ਰੱਖਿਆ ਗਿਆ। ਦੇਖੋ ਪਾਰਟੀ ਬਣਾਈ ਸੀ। ਅਕਾਲੀ ਦਲ ਦੇ ਖਿਲਾਫ ਤੇ ਅਕਾਲੀ ਦਲ ਦੇ ਵਿੱਚ ਵੀ ਸਭ ਤੋਂ ਵੱਧ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਉਹ ਬੋਲੇ ਕਿ ਪ੍ਰਧਾਨ ਨੇ ਠੀਕ ਪ੍ਰਧਾਨ ਨੇ ਗਲਤੀ ਕਰ ਲਈ ਪ੍ਰਧਾਨ ਨੇ ਐ ਕਰ ਲਿਆ। ਮੁੜ ਕੇ ਉਸੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਿਉਂਕਿ ਇਹ ਪਤਾ ਲੱਗਾ ਕਿ ਜਿਹੜੀ ਕਮੇਟੀ ਉਹਨਾਂ ਨੂੰ ਲੜਾਈ ਸੀ ਉਹਦੇ ਵਿੱਚ ਬਹੁਤ ਕਿੰਤੀ ਉਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਤੇ ਵਰਕਰਾਂ ਨੇ ਕਿਹਾ ਸੀ ਕਿ ਜੋ ਮਰਜ਼ੀ ਹੋ ਜਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨੇੜੇ ਲੈ ਜਾਓ ਤੁਸੀਂ ਪ੍ਰਚਾਰ ਉਹਨਾਂ ਦੇ ਖਿਲਾਫ ਕੀਤਾ ਪਰ ਉਹਨਾਂ ਨੂੰ ਲੱਭਦਾ ਕੁਝ ਨਹੀਂ ਸੀ ਦੀਦਾ ਕੁਝ ਨਹੀਂ ਸੀ ਅਕਾਲੀ ਦਲ 'ਚ ਵਾਪਸ ਆ ਗਏ ਤੇ ਇਸ ਗੱਲ ਦਾ ਪਤਾ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਵੀ ਸੀ ਹੁਣ ਤੁਸੀਂ ਦੇਖੋ ਕਈ ਲੀਡਰ ਤਾਂ ਉਹਨਾਂ ਤੋਂ ਪਹਿਲੇ ਹੀ ਪਰੇ हट ਗਿਆ ਸੀ ਕਿ ਤੁਸੀਂ ਵਾਪਸ ਕਿਉਂ ਗਏ ਹੁਣ ਜਦੋਂ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤੀ ਤੇ ਉਹ ਸ਼ਰਿਆ ਬੋਲੇ ਆ ਕਿ ਸਾਨੂੰ ਕਹਿੰਦੇ ਸੀ ਤੁਹਾਨੂੰ ਟਿਕਟ ਦੇਾਂਗੇ ਇਹਦਾ ਮਤਲਬ ਢੀਂਡਸਾ ਸਾਹਿਬ ਦੇ ਸਾਥੀ ਬਾਕੀ ਲੀਡਰ ਕੀ ਸੋਚਦੇ ਹੋਣਗੇ ਕਿ ਭਾਈ ਸਾਡੀਆਂ ਟਿਕਟਾਂ ਦਾ ਤਾਂ ਫੈਸਲਾ ਕੀਤਾ ਨਹੀਂ ਆਪਣੇ ਪੁੱਤ ਦੀ ਟਿਕਟ ਦਾ ਫੈਸਲਾ ਕਰਕੇ ਵਾਪਸ ਚਲੇ ਗਏ ਸੀ ਹੁਣ ਢੀਂਡਸਾ ਸਾਹਿਬ ਦੇ ਕੋਲੇ ਰਾਹ ਕੋਈ ਨਹੀਂ ਭਾਜਪਾ ਨੇ ਜੇ ਹਲਕਾ ਖਾਲੀ ਛੱਡਿਆ ਭਾਜਪਾ ਨੇ ਜੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਇੱਕੋ ਹੀ ਚੀਜ਼ ਰਹਿ ਗਈ ਹੈ ਬਾਕੀ ਸਾਰੇ ਕੈਂਡੀਡੇਟ ਕਲੀਅਰ ਨੇ ਸਾਰੀਆਂ ਵੱਡੀਆਂ ਪਾਰਟੀਆਂ ਦੇ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਕੋਲੇ ਇੱਕ ਰਾਹ ਤਾਂ ਇਹ ਹੈ ਕਿ ਸਬਰ ਦਾ ਘੁੱਟ ਭਰਨ ਖੁੰਝੇ ਲਾ ਕੇ ਬੈਠੇ ਰਹਿਣ ਜੇ ਇੱਕ ਤੋਂ ਰੈਲੀਆਂ ਹਲਕੇ 'ਚ ਵੱਡੀਆਂ ਹੁੰਦੀਆਂ ਤਾਂ ਉਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਆਖਿਰਕਾਰ ਸਰਪ੍ਰਸਤ ਨੇ ਪਾਈ ਉਹ। ਹੂੰ। ਦੂਸਰਾ ਰਾਹ ਉਹਨਾਂ ਦੇ ਕੋਲ ਇਹ ਹੈ ਕਿ ਆਪਣੀ ਪਾਰਟੀ ਨੂੰ ਪੁਨਰਸੁਰਜੀਤ ਕਰਨ ਲੈਣ ਜਿਹੜੀ ਕਿ ਸੰਭਵ ਨਹੀਂ ਹੁਣ। ਹੁਣ ਦੇਰ ਹੋ ਗਈ ਆ ਬਹੁਤ। ਹੁਣ ਦੇ ਸਾਥੀਆਂ ਨੇ ਵੀ ਬਹੁਤਾ ਯਕੀਨ ਨਹੀਂ ਕਰਨਾ। ਤੀਸਰਾ ਰਾਹ ਉਹਨਾਂ ਦੇ ਕੋਲ ਇਹ ਹੈ ਕਿ ਖੁਦ ਜਾਂ ਆਪਣੇ ਬੇਟੇ ਸਰਦਾਰ ਪ੍ਰਵਿੰਦਰ ਸਿੰਘ ਢੀਂਡ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਾ ਕੇ ਸੰਗਰੂਰ ਤੋਂ ਬੀਜੇਪੀ ਦੇ ਕੈਂਡੀਡੇਟ ਦੇ ਰੂਪ 'ਚ ਚੋਣ ਲੜ ਲੈਣ। ਪਰ ਜਿੱਦਾਂ ਦਾ ਮਾਹੌਲ ਕਿਸਾਨ ਜਥੇਬੰਦੀਆਂ ਨੇ ਪੈਦਾ ਕੀਤਾ ਉਹਦੇ ਵਿੱਚ ਇਹ ਫੈਸਲਾ ਕਿੰਨਾ ਕੁ ਠੁਕਮਾ ਉਹਨਾਂ ਨੂੰ ਲੱਗੂਗਾ ਕਿੰਨਾ ਕੁ ਨਹੀਂ ਤੇ ਲੋਕ ਜਦੋਂ ਚਾਰ ਸ਼ਵੇਰੇ ਆਪਾਂ ਛੜਪੇ ਮਾਰੀਏ ਫਿਰ ਬਹੁਤਾ ਪਸੰਦ ਵੀ ਨਹੀਂ ਕਰਦੇ ਹੁੰਦੇ ਇਸ ਕਰਕੇ ਢੀਂਡਾ ਸਾਹਿਬ ਪਰਿਵਾਰ ਦੇ ਲਈ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਸੰਕਟ ਇੰਨਾ ਵੱਡਾ ਸੰਕਟ ਚੌਧਰੀ ਪਰਿਵਾਰ ਦੇ ਲਈ ਵੀ ਕਾਂਗਰਸ ਨਹੀਂ ਇੰਨਾ ਵੱਡਾ ਸੰਕਟ ਕਿਸੇ ਲਈ ਵੀ ਨਹੀਂ ਜਿੰਨਾ ਵੱਡਾ ਸੰਕਟ ਇਸ ਵੇਲੇ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਦੇ ਲਈ ਪੈਦਾ ਹੋ ਗਿਆ ਯਾਨੀ ਇੱਕ ਤਰ੍ਹਾਂ ਦੇ ਨਾਲ ਤੁਸੀਂ ਇੱਕ ਗੱਲ ਕਹੀ ਸੀ ਮੈਂ ਸਹਿਮਤ ਨਹੀਂ ਤੁਸੀਂ ਕਿਹਾ ਜੀ ਸੰਗਰੂਰ ਢੀਂਡਾ ਸਾਹਿਬ ਪਰਿਵਾਰ ਦਾ ਹੁੰਦਾ ਸੀ ਸੰਧਾਲਿਆ ਸਾਹਿਬ ਸੰਗਰੂਰ ਕਦੇ ਬਰਨਾਲਾ ਪਰਿਵਾਰ ਦਾ ਵੀ ਹੁੰਦਾ ਸੀ ਉਹਨਾਂ ਤੋਂ ਬਾਅਦ ਹੀ ਢੀਂਸਾ ਪਰਿਵਾਰ ਲਿਆਂਦਾ ਪਰ ਨਿਚੜ ਕੇ ਸੋ ਉਹਨਾਂ ਨੇ ਨਾ ਬਹਿ ਕਰਾਇਆ ਸੀ ਤੇ ਨਾ ਬਹਿ ਇਹਨਾਂ ਨੇ ਕਰਾ ਲਿਆ ਸੰਗਰੂਰ ਆ ਨਹੀਂ ਆ ਜਿਹੜੀ ਗੱਲ ਹੈ ਇਹ ਤੇ ਹੁਣ ਅੱਜ ਕੱਲ ਮਾਨ ਸਾਹਿਬ ਦੇ ਬਾਰੇ ਵਿੱਚ ਵੀ ਕਹਿਣ ਲੱਗ ਪਏ ਸੀ ਉਹਦੇ ਸਿਮਰਜੀਤ ਸਿੰਘ ਮਾਨ ਉੜੀ ਇੱਥੋਂ ਜਿੱਤੇ ਨੇ ਪਰ ਚਲੋ ਇੱਕ ਗੱਲ ਤੇ ਹੈਗੀ ਆ ਵੀ ਸਿਆਸਤ ਦੇ ਵਿੱਚ ਜਦੋਂ ਬਾਦਕਾਟ ਹੁੰਦੀ ਹੈ ਵੀ ਜਿਹੜੀ ਚੀਜ਼ ਐਕਸਪੈਕਟਿਡ ਹੁੰਦੀ ਆ ਉਹ ਨਾ ਹੋਵੇ ਤੇ ਜਿਹੜਾ ਬੰਦਾ ਰਹਿ ਜਾਂਦਾ ਉਹ ਕਿਹਦੀ ਕੀ ਰਣਨੀਤੀ ਹੋਊਗੀ ਉਹ ਤੇ ਧਿਆਨ ਨਹੀਂ ਦਿੰਦਾ ਜਿੱਦਾਂ ਕਿ ਲੁਧਿਆਣੇ ਉਹ ਵੈਂਸ ਭਰਾਵਾਂ ਵਾਲ ਪਰ ਉਧਰੋਂ ਮੈਨੂੰ ਲੱਗਦਾ ਕਿ ਬੀਬੀ ਜ਼ਗੀਰ ਕੌਰ ਹੋਰਾਂ ਦੇ ਲਈ ਤਾਂ ਵਾਪਸੀ ਵਾਲਾ ਫੈਸਲਾ ਸਭ ਤੋਂ ਜ਼ਿਆਦਾ ਵਧੀਆ ਨਹੀਂ ਰਹਿ ਗਿਆ ਕਿਉਂਕਿ ਗੱਲ ਇਹ ਆ ਕਿ ਜੇਕਰ ਲੋਕ ਸਭਾ ਵਾਲੇ ਪਾਸੇ ਵੀ ਕਿਸੇ ਨਾ ਕਿਸੇ ਪਾਸੇ ਨੂੰ ਕੋਈ ਟਿਕਟ ਮਿਲ ਜਾਂਦੀ ਜੇ ਤੇ ਇਧਰੋਂ ਗੱਲ ਬਣ ਗਈ ਤੇ ਬਹੁਤ ਵਧੀਆ ਤੇ ਜੇ ਨਹੀਂ ਗੱਲ ਬਣਦੀ ਤੇ ਉਧਰੋਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਬਣ ਗਈ ਤੇ ਫਿਰ ਉਹਨਾਂ ਦਾ ਆਪਣਾ ਹਲਕਾ ਖਾਲੀ ਹੋ ਜਾਣਾ ਹੋ ਜਾਣਾ ਜ਼ਿਮਨੀ ਚੋਣ ਦੇ ਵਿੱਚ ਫਿਰ ਦੁਬਾਰਾ ਕਿਤੇ ਐਮਐਲਏ ਦਾ ਮੌਕਾ ਹੀ ਮਿਲ ਜੇ ਕੁਛ ਪਤਾ ਥੋੜਾ ਹੁੰਦਾ ਭਾਈ ਸਾਹਿਬ ਰੱਬ ਦੇ ਰੰਗਾਂ ਦਾ ਕਦੋਂ ਕਿੱਥੋਂ ਕੀ ਬਣ ਜੇ ਨਹੀਂ ਕੋਈ ਪਤਾ ਨਹੀਂ ਹੁੰਦਾ ਬਾਕੀ ਆਪਾਂ ਕ ਗੁਰਜੀਤ ਸਿੰਘ ਔਜਲਾ ਦੋ ਵਾਰ ਦੇ ਐਮਪੀ ਪਰ ਬਹੁਤੇ ਉਹਨਾਂ ਦੇ ਜਲੰਧ ਸੌਰੀ ਅੰਮ੍ਰਿਤਸਰ ਦੇ ਜਿਹੜੇ ਵੱਡੇ ਕਾਂਗਰਸੀ ਐ ਕੱਦ ਬੁੱਤ ਦੇ ਉਹਨਾਂ ਨੇ ਕਹਿੰਦੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਜਾ ਕੇ ਕਿਹਾ ਸੀ ਕਿ ਔਜਲੇ ਨੂੰ ਟਿਕਟ ਨਾ ਦਿਓ ਪਾਈ ਇਹ ਬੰਦਾ ਨਹੀਂ ਜਿੱਤਣਾ ਉਹ ਵੀ ਸੋਨੀ ਸਾਹਿਬ ਨੂੰ ਦੇ ਦਿਓ ਸ਼ਰਿਆਮ ਵੀ ਮੁਖਾਲਫਤ ਹੋਈ ਪਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜਿਹੜਾ ਆਪਣਾ ਸਰਵੇਖਣ ਕਰਾਇਆ ਸੀ ਉਹਦੇ ਵਿੱਚ ਲੋਕ ਕਹਿੰਦੇ ਸੀ ਕਿ ਬੰਦਾ ਲੋਕ ਸਭਾ 'ਚ ਵੀ ਜਾਂਦਾ ਬੰਦਾ ਸਵਾਲਾਂ ਜਵਾਬਾਂ 'ਚ ਵੀ ਹਿੱਸਾ ਲੈਂਦਾ ਬੰਦਾ ਵਿਚਾਰ ਚਰਚਾ 'ਚ ਵੀ ਹਿੱਸਾ ਲੈਂਦਾ ਮੰਦਾ ਅੰਮ੍ਰਿਤਸਰ ਦੇ ਮੁੱਦੇ ਪਾਰਲੀਮੈਂਟ ਦੇ ਅੰਦਰ ਬਾਹਰ ਸਾਰੇ ਪਾਸੇ ਚੁੱਕਦਾ ਮੰਤਰੀਆਂ ਨਾਲ ਮੁਲਾਕਾਤਾਂ ਵੀ ਕਰਦਾ ਕਿਉਂਕਿ ਕਈਆਂ ਨੇ ਤਾਂ ਚਰਚਾ ਵੀ ਚੜਾਤੀ ਸੀ ਨਾ ਕਿ ਓਜਲਾ ਸਾਹਿਬ ਨੂੰ ਫਿਰ ਟਿਕਟ ਨਾ ਮਲੀ ਓਜਲਾ ਸਾਹਿਬ ਨੇ ਚਲੇ ਜਾਣਾ ਪਰ ਤੁਸੀਂ ਦੇਖੋ ਕਿ ਵੱਡੇ ਕਾਂਗਰਸੀਆਂ ਦੇ ਠੋਕਮੇ ਵਿਰੋਧ ਦੇ ਬਾਵਜੂਦ ਵੀ ਗੁਰਜੀਤ ਸਿੰਘ ਓਜਲਾ ਨੂੰ ਪਹਿਲੀ ਸੂਚੀ ਦੇ ਵਿੱਚ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਕਿਉਂਕਿ ਉਹਨਾਂ ਦਾ ਸਰਵੇਖਣ ਕਹਿੰਦਾ ਸੀ ਕਿ ਕਾਂਗਰਸੀਆਂ ਦੇ ਵਿੱਚੋਂ ਸਭ ਤੋਂ ਵੱਧ ਮਜ਼ਬੂਤ ਉਹ ਨੇ ਮੈਂ ਸਾਰਿਆਂ ਚੋਂ ਨਹੀਂ ਮੈਂ ਕਾਂਗਰਸੀਆਂ ਚੋਂ ਕਹਿੰਨਾ ਡਾਕਟਰ ਧਰਮਵੀਰ ਗਾਂਧੀ ਦਾ ਪਟਿਆਲੇ ਵਿਰੋਧ ਕਿਹੜਾ ਥ ਚਾਹੇ ਲਾਲ ਸਿੰਘ ਹੋਰੀ ਹੋਣ ਚਾਹੇ ਹਰਦੇਵਾਲ ਸਿੰਘ ਕੰਬੋਜ ਹੋਣ ਜਨਤਕ ਵਿਰੋਧ ਕਰਦੇ ਸੀ ਪਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਲੱਗਦਾ ਸੀ ਕਿ ਭਾਈ ਗਾਂਧੀ ਸਾਹਿਬ ਨੇ ਬੀਬੀ ਪ੍ਰਨੀਤ ਕੌਰ ਨੂੰ ਹਰਾਇਆ ਬੰਦੇ ਇਮਾਨਦਾਰ ਨੇ ਕਦੇ ਉਹਨਾਂ ਦੇ ਉੱਤੇ ਉਂਗਲੀ ਨਹੀਂ ਚੁੱਕੀ ਗਈ ਤੇ ਅਗਲਿਆਂ ਨੇ ਡਾਕਟਰ ਗਾਂਧੀ ਨੂੰ ਟਿਕਟ ਦਿੱਤੀ ਕਿਤੇ ਨਾ ਕਿਤੇ ਹਾਈ ਕਮਾਂਡ ਕਾਂਗਰਸ ਦੀ ਪੰਜਾਬ ਵਾਲੇ ਪਾਸੇ ਝੁਕਣੋਂ हट ਗਈ ਹੈ ਨਹੀਂ ਗੱਲ ਠੀਕ ਹੈ ਬਾਟਸਾ ਤੁਹਾਡੇ ਹੀ ਮੇਰੇ ਖਿਆਲ ਆਪਾਂ ਵੀ ਅੰਦਾਜ਼ਾ ਇਹੀ ਲਾਉਂਦੇ ਸੀ ਵੀ ਅਮਰਸਰੋਂ ਹੋ ਸਕਦਾ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਣ ਪਰ ਗੁਰਜੀਤ ਸਿੰਘ ਔਜਲਾ ਹੋਰਾਂ ਦਾ ਸ਼ਾਇਦ ਨੰਬਰ ਕਟਣਾ ਕਾਂ ਉਕੇ ਇੱਕ ਤੇ ਮਿਲਤਗਲਤ ਵੀ ਉੱਪਰ ਤੱਕ ਉਹਨਾਂ ਦੀ ਬਥੇਰੀ ਆ ਫਿਰ ਅਮਰਸਰ ਦੇ ਲਈ ਕਈ ਪ੍ਰੋਜੈਕਟਾਂ ਤੇ ਵੀ ਉਪਰ ਉਹ ਕਹਿੰਦੇ ਵੀ ਮੈਂ ਤਾਂ ਇਹ ਗਟਕਰੀ ਸਾਹਿਬ ਨੂੰ ਮਿਲਿਆਉਣਾ ਜੇ ਕੋਈ ਸੜਕ ਦੀ ਗੱਲ ਚੱਲੇ ਇਹ ਕੋਈ ਰੇਲ ਦੀ ਗੱਲ ਚੱਲੇ ਤੇ ਰੇਲ ਮੰਤਰੀ ਸਾਹਿਬ ਨੂੰ ਮਿਲਿਆਵਾਂ ਜੇ ਮੰਨ ਲਓ ਪੰਜਾਬ ਸਰਕਾਰ ਨਾਲ ਗੱਲਬਾਤ ਹੋਏ ਤੇ ਉਧਰ ਵੀ ਕਹਿੰਦੇ ਹੱਥ ਪੱਲਾ ਮਾਰ ਲਈਦਾ ਵੀ ਜਿੰਨੇ ਹੀ ਮਾਰਾ ਈ ਇਦਾਂ ਨਾ ਕਰੋ ਹਲਕਾ ਤੇ ਪੰਜਾਬ ਦਾ ਇਹਨੇ ਇਹਦੇ ਚ ਕਿਹੜੀ ਗੱਲ ਐ ਸਿਆਸਤ ਆਪਣੀ ਥਾ ਤੇ ਮੈਨੂੰ ਲੱਗਦਾ ਹੁੰਦਾ ਲੀਟਰ ਚਾਹੀਦਾ ਵੀ ਇਦਾਂ ਦਾ ਵੀ ਆਪਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਆਪਾਂ ਉਹਨਾਂ ਲਈ ਕੁਛ ਨਾ ਕੁਛ ਕਰ ਲਈਏ ਜਦੋਂ 5 ਸਾਲ ਬਾਅਦ ਮੌਕਾ ਆਵੇ ਤੂੰ ਉਦੋਂ ਫਿਰ ਉਹਨਾਂ ਨੂੰ ਚੀਜ਼ ਗਿਣਾਤੀ ਜਾਵੇ ਵੀ ਭਾਈ ਤੁਸੀਂ ਮੈਨੂੰ ਭੇਜਿਆ ਸੀ ਮੈਂ ਕੰਮ ਕਰ ਆਇਆ ਆ ਆ ਹੁਣ 25 ਸਾਲੀ ਤੁਸੀਂ ਕੰਮ ਕਰਨਾ ਅੱਗੇ ਦੇਖੋ ਕੀ ਬਣਦਾ ਉਹਨਾਂ ਅਮਰਸਰ ਵਾਲੀ ਟੱਕਰ ਤੇ ਚਲੋ ਠੀਕ ਆ ਆਪਣੀ ਥਾਂ ਤੇ ਪਰ ਅਮਰਸਰ ਦੇ ਨਾਲ ਹੀ ਇੱਕ ਹਲਕਾ ਲੱਗਦਾ ਖਡੂਰ ਸਾਹਿਬ ਉੱਥੋਂ ਮੇਰੇ ਖਿਆਲ ਜਸਵੀਰ ਸਿੰਘ ਡਿੰਪਾਹਰਾਂ ਦੀ ਫੋਟੋ ਤੁਸੀਂ ਵੇਖ ਲਈ ਹੋਣੀ ਆ ਜਿੱਥੇ ਉਹਨਾਂ ਨੇ ਅਗਲੇ ਸਫਰ ਦੀ ਤਿਆਰੀ ਜੀ ਕਰਕੇ ਇਸ਼ਾਰਾ ਜਾਂ ਦਿੱਤਾ ਕਿ ਸ਼ਾਇਦ ਹੁਣ ਉਹ ਗਾਂ ਇਲੈਕਸ਼ਨ ਇਲੂਕਸ਼ਨ ਲੜਨ ਵਾਲੇ ਪਾਸੇ ਖਾਸ ਕਰਕੇ ਆ ਲੋਕ ਸਭਾ ਚੋਣਾਂ ਵਾਲੀ ਉਹਦੇ ਚਾਹਵਾਨ ਨਹੀਂ ਤੁਸੀਂ ਦੇਖੋ ਵੀ ਮੌਜੂਦਾ ਐਮਪੀ ਸੀਗੇ ਉਹਨਾਂ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਸੀਗੀਆਂ ਕਾਂਗਰਸ ਪਾਰਟੀ ਦੇ ਉਤੋਂ ਸਿਟਿੰਗ ਐਮਪੀ ਹਰੂਰ ਸਾਹਿਬ ਹਲਕੇ ਤੋਂ ਡਿੰਪਾ ਸਾਹਿਬ ਦੇ ਅਗਲੇ ਸਫਰ ਦੀ ਤਿਆਰੀ ਦੀ ਗੱਲ ਕਰਨਾ ਇਲੈਕਸ਼ਨਾਂ ਲੜਨ ਦੀ ਗੱਲ ਕਰਨਾ ਤੇ ਉਹ ਵੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਹੀ ਉਹਦੀ ਵੀ ਬੜੀ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੀ ਉਹ ਕਿਤੇ ਚੱਲੇ ਨੇ ਜਾਂ ਫਿਰ ਉਹ ਪੰਜਾਬ ਦੀ ਸਿਆਸਤ ਚਾ ਰਹੇ ਨੇ ਉਹਨਾਂ ਦਾ ਕੀ ਪਲਾਨ ਹੈ ਕਿਉਂਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਸੁਪੁੱਤਰ ਦੀ ਚਰਚਾ ਵੀ ਸ਼ਾਇਦ ਉਹ ਹੁਣ ਸultanpur ਲੋਧੀਓਂ ਐਮਐਲਏ ਤੇ ਹੈਗੇ ਨੇ ਸ਼ਾਇਦ ਹੁਣ ਖਡੂਰ ਸਾਹਿਬ ਨੂੰ ਐਮਪੀ ਦੀ ਟਿਕਟ ਦੇ ਵੀ ਚਾਹਵਾਂ ਨੂੰ ਅਨੰਤਪੁਰ ਸਾਹਿਬ ਦੀ ਚਰਚਾ ਚੱਲਦੀ ਹੈ ਜੀ ਉਹਨਾਂ ਦੀ ਕਿ ਸ਼੍ਰੀ ਅਨੰਤਪੁਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੇ ਹੈ ਰਾਣਾ ਇੰਦਰਪ੍ਰਤਾਪ ਸਿੰਘ ਬਾਕੀ ਡਿੰਪਾ ਸਾਹਿਬ ਕਿਉਂਕਿ ਪਹਿਲੀ ਲਿਸਟ ਦੇ ਵਿੱਚ ਨਾਂ ਤਾਂ ਨਾਮ ਉਹਨਾਂ ਦਾ ਆਇਆ ਤੇ ਨਾਂ ਮੁਹੰਮਦ ਸਰੀਕ ਦਾ ਆਇਆ ਫਰੀਦਕੋਟ ਵਾਲਿਆਂ ਦਾ ਇਹਨਾਂ ਦੋਵਾਂ ਦੀ ਚਰਚਾ ਹੈ ਕਿ ਕੀ ਕਰਨਗੇ ਪਰ ਹਾਂ ਕਾਂਗਰਸੀ ਵੀ ਹੈਰਾਨੇ ਤੇ ਪੰਜਾਬ ਦੇ ਲੋਕ ਵੀ ਚਰਚਾ ਤਾਂ ਬੀਬੀ ਅਮਰਤਾ ਵੜਿੰਗਦੀ ਸੀ ਚਰਚਾ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਹੋਰਾਂ ਦੀ ਸੀ ਜਦ ਕਾਂਗਰਸ ਪਾਰਟੀ ਦੇ ਕੇ ਹੋਰ ਪੁਰਾਣੇ ਲੀਡਰ ਬੈਠੇ ਸੀ ਜਿਨ੍ਹਾਂ ਨੂੰ ਬਠਿੰਡੇਉ ਟਿਕਟ ਦੀ ਆਸ ਸੀ ਕਿ ਸਾਨੂੰ ਉਮੀਦਵਾਰ ਬਣਾਉਣਗੇ ਪਰ ਉਮੀਦਵਾਰ ਬਣਾਇਆ ਗਿਆ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤੇ ਜੀਤ ਮਹਿੰਦਰ ਸਿੰਘ ਸਿੱਧੂ ਕਦੇ ਆਜ਼ਾਦ ਐਮਐਲਏ ਬਣੇ ਫਿਰ ਦੋ ਵਾਰ ਕਾਂਗਰਸ ਪਾਰਟੀ ਕੋਲੋਂ ਐਮਐਲਏ ਬਣੇ 2014 ਦੇ ਵਿੱਚ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਚਲੇ ਗਏ ਸੀਟ ਖਾਲੀ ਕੀਤੀ ਜਿਮਨੀ ਚੋਣ ਹੋਈ ਅਕਾਲੀਆਂ ਦੀ ਟਿਕਟ ਤੇ ਜਿੱਤੇ ਦੁਬਾਰਾ ਫੇਰ ਜਿੱਤੇ ਫਿਰ ਐਤਕੀ ਦੀ ਇਲੈਕਸ਼ਨ ਹਰੇ ਸਾਲ ਵੀ ਨਹੀਂ ਹੋਇਆ ਮਨ ਲਾ ਤਾਂ ਸਾਲ ਕੋ ਹੋਇਆ ਉਹਨਾਂ ਨੂੰ ਦੁਬਾਰਾ ਕਾਂਗਰਸ ਪਾਰਟੀ ਚ ਆਇਆ ਨੂੰ ਤੇ ਬਠਿੰਡੇ ਵਰਗਾ ਲੋਕ ਸਭਾ ਹਲਕਾ ਜਿੱਥੋਂ ਬੀਬੀ ਬਾਦਲ ਦੇ ਚੋਣ ਲੜਨ ਦੀ ਸੰਭਾਵਨਾ ਹੈ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਲੜ ਰਹੇ ਨੇ ਜਿੱਥੋਂ ਲੱਖਾ ਸਿੰਘ ਸਦਾਣਾ ਦੀ ਉਮੀਦਵਾਰੀ ਤੈ ਹੋ ਚੁੱਕੀ ਹੈ ਉਸ ਛੱਡੇ ਹਲਕੇ ਤੋਂ ਜੀਤਮੇਂਦਰ ਸਿੰਘ ਸਿੱਧੂ ਨੂੰ ਜਿਸ ਤਰੀਕੇ ਟਿਕਟ ਦੇ ਕੇ ਕਾਂਗਰਸ ਪਾਰਟੀ ਨੇ ਹੈਰਾਨ ਕੀਤਾ ਸਾਰੀਆਂ ਕਿਰਤੀ ਮੈਂ ਇੱਕ ਵਾਰ ਵੀ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਨਹੀਂ ਸੁਣਿਆ ਮੈਂ ਇੱਕ ਵਾਰ ਵੀ ਜੀਤਮੇਂਦਰ ਸਿੰਘ ਸਿੱਧੂ ਦਾ ਨਾਮ ਜਿਹੜਾ ਉਸ ਸੰਭਾਵੀ ਦਾਵੇਦਾਰਾਂ ਦੇ ਵਿੱਚ ਨਹੀਂ ਸੁਣਿਆ ਢੀਂਸਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਮੈਂ ਹੁਣ ਬਹੁਤੀ ਨਹੀਂ ਕਰਨੀ ਦੇ ਚਲੋ ਠੀਕ ਹੈ ਗੱਲ ਹੁਣ ਇਹ ਸਾਰਾ ਕੁਝ ਆਪਣੀ ਥਾਂ ਦੇ ਉੱਪਰ ਚੱਲੀ ਜਾਂਦਾ ਪਰ ਤੁਸੀਂ ਦੇਖੋ ਵੀ ਡਾਕਟਰ ਅਮਰ ਸਿੰਘ ਹੋਰਾਂ ਦੀ ਵੀ ਟਿਕਟ ਬਚ ਗਈ ਉਹਨਾਂ ਦਾ ਨਾਮ ਹੀ ਦੁਬਾਰਾ ਅਨਾਉਂਸ ਹੋ ਗਿਆ ਹਾਲਾਂਕਿ ਨਾ ਉਹ ਕਿਸੇ ਕੰਟਰੋਵਰਸੀ ਚ ਆਏ ਨਾ ਕਦੀ ਕੋਈਦਰ ਉਦਰ ਦੀ ਕਿਸੇ ਤਰ੍ਹਾਂ ਦੀ ਅਡਾਉਣੀ ਚਾਏ ਤੇ ਮੇਰੇ ਖਿਆਲ ਉਹ ਸਰਕੇ ਤੋਂ ਕੋਈ ਬਹੁਤੀ ਇਧਰ ਉਧਰ ਦੀ ਚਰਚਾ ਨਹੀਂ ਸੀ ਪਰ ਜੇ ਚਲੋ ਡਾਕਟਰ ਅਮਰ ਸਿੰਘ ਹੋਰ ਵੀ ਆਪਣੀ ਸੀਟ ਬਚਾ ਗਏ ਨੇ ਇਹਦਾ ਮਤਲਬ ਹੁਣ ਜਿਹੜੇ ਬਾਕੀ ਦੇ ਬਚੇ ਹਲਕੇ ਨੇ ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਕਾਂਗਰਸ ਦੀ ਹੋ ਸਕਦਾ ਕੋਈ ਅੰਦਰੂਨੀ ਕੈਲਕੂਲੇਸ਼ਨ ਹੋਵੇ ਗੱਲ ਤਾਂ ਠੀਕ ਆ ਜਦੋਂ ਬਠਿੰਡੋਂ ਇੱਕ ਵੱਖਰਾ ਜਾਂ ਨਾ ਉਹਨਾਂ ਨੇ ਕੱਢਿਆ ਹੁਣ ਆਉਣ ਵਾਲੇ ਜਿਹੜੇ ਇੱਕ ਦੋ ਹਲਕੇ ਨੇ ਜੇ ਚੋ ਖਾਸ ਕਰਕੇ ਕਰੂਰ ਸਾਹਿਬ ਤੋਂ ਡੈਂਪਾ ਔਰ ਯਾਪ ਹੀ ਬੈਕਵਰਡ ਤੇ ਚੱਲ ਗਏ ਵੀ ਨਹੀਂ ਯਾਰ ਤੁਸੀਂ ਕਰ ਲੋ ਕਿਦਾਂ ਕਰਨੀ ਉਹ ਤੋਂ ਜ਼ਿਆਦਾ ਹੈ ਵੀ ਜਿਹੜੀ ਦੂਸਰੀ ਲਿਸਟ ਆਊਗੀ ਉਦੋਂ ਤੱਕ ਵੀ ਹੋ ਸਕਦਾ ਕਾਂਗਰਸ ਪਾਰਟੀ ਕੋਈ ਹੈਰਾਨ ਕਰਨ ਵਾਲੇ ਚਿਹਰੇ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਨੂੰ ਦੇ ਦੇਵੇ ਪਾਓ ਵੋਟਾਂ ਬਈ ਮੈਨੂੰ ਇੱਕ ਗੱਲ ਲੱਗਦੀ ਆ ਸੰਧਾਲੇ ਸਭ ਹੋ ਸਕਦਾ ਕਿ ਹਰਮਿੰਦਰ ਸਿੰਘ ਗਿੱਲ ਹੋਰੀ ਜਿਹੜੇ ਨੇ ਉਹ ਖਡੂਰ ਸਾਹਿਬ ਤੋਂ ਹੋਣ ਤੇ ਰਾਣਾ ਇੰਦਰਪ੍ਰਤਾਪ ਹੋਰੀ ਜਿਹੜੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਹੋ ਜਾਣ ਵੈਸੇ ਹੀ ਆਪਾਂ ਕਿਆਫਾ ਲਾਇਆ ਦੇਖਦੇ ਹਾਂ ਅੰਦਾਜ਼ਾ ਅੰਦਾਜ਼ਾ ਬਾਕੀ ਦਾ ਦੇਖੋ ਜੀ ਉਹਨਾਂ ਨੇ ਗੱਲ ਕਰਨੀ ਉਹ ਗੱਲ ਤਾਂ ਠੀਕ ਹੈ ਕਿ ਬਠਿੰਡੇਉਂ ਨਾ ਕਿਸੇ ਦਾ ਚੱਲਦਾ ਸੀ ਟਿਕਟ ਕਿਸੇ ਨੂੰ ਮਿਲ ਗਈ WhatsApp ਸਿਆਸਤ ਦੇ ਵਿੱਚ ਜਿਹੜੀ ਇੱਕ ਚਰਚਾ ਵੱਖਰੀ ਚੱਲਦੀ ਹੈ ਕਿਉਂਕਿ ਬਾਕੀ ਥਾਵਾਂ ਤੇ ਜਿੰਨੀਆਂ ਪੋਲਿਟੀਕਲ ਪਾਰਟੀਆਂ ਉਹਦੀ ਚਰਚਾ ਚੱਲਦੀ ਹੈ ਕਿ ਕਿੱਥੋਂ ਉਹਨਾਂ ਦਾ ਉਮੀਦਵਾਰ ਹੋਊਗਾ ਜੀ ਕਿੱਥੋਂ ਕੌਣ ਇਲੈਕਸ਼ਨ ਲੜ ਰਿਹਾ ਕਿਹੜੀ ਪਾਰਟੀ ਕਿੱਥੋਂ ਕਿਵੇਂ ਦੀ ਟ ਪਰ ਆਮ ਆਦਮੀ ਪਾਰਟੀ ਲਖਨਾਉ ਤਿਕੜਮਾ ਵੋਟਾਂ ਉਮੀਦਵਾਰਾਂ ਦੇ ਵਿਚਾਲੇ ਇੱਕ ਹੋਰ ਖਬਰਾਂ ਦੇ ਲਈ ਵੀ ਚਰਚਾ ਚਾਹੂ ਆ ਕਿ ਉਹਨਾਂ ਦੇ ਸਰਪ੍ਰਸਤ ਕਹਿ ਲੋ ਸੁਪਰੀਮੋ ਕਹਿ ਲੋ ਜਾਂ ਦਿੱਲੀ ਦੇ ਮੁੱਖ ਮੰਤਰੀ ਕਹਿ ਲੋ ਅਰਵਿੰਦ ਕੇਜਰੀਵਾਲ ਹੁਰੀ ਜੇਲ੍ਹ 'ਚ ਨੇ ਹੁਣ ਦੁਬਾਰਾ ਇੱਕ ਵਾਰਾਂ ਫਿਰ ਚਾਰਾਜ ਹੋਈ ਸੀ ਕਿ ਆਸਮੀ ਤੇ ਉਹਨਾਂ ਨੂੰ ਬੜੀ ਸੀ ਪੀਐਨ ਵੱਡੀ ਅਦਾਲਤ ਤੋਂ ਸ਼ਾਇਦ ਰਾਹਤ ਮਿਲ ਜੇ ਪਰ ਉਹਨਾਂ ਨੂੰ ਰਾਹਤ ਫੇਰ ਨਹੀਂ ਮਿਲੀ ਫਿਰ ਕੁਝ ਦਿਨਾਂ ਦੇ ਲਈ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂ ਕਹਿ ਲੋ ਕਿ ਨਿਆਂਇਕ ਹਿਰਾਸਤ ਉਹਨਾਂ ਦੀ ਵਧ ਗਈ ਹੁਣ ਜਦੋਂ ਦੁਬਾਰਾ ਵੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਨੂੰ ਬੇਲ ਜ਼ਮਾਨਤ ਨਹੀਂ ਮਿਲੀ ਤੇ ਮੇਰਾ ਖਿਆਲ ਆ ਹੁਣ ਅਪ੍ਰੈਲ ਮਹੀਨੇ ਦੇ ਅਖੀਰ ਤੇ ਜਾ ਕੇ ਜਿਹੜੀ ਗੱਲ ਚੱਲ ਗਈ ਇਹਦਾ ਮਤਲਬ ਅਪ੍ਰੈਲ ਮਹੀਨਾ ਤੇ ਲੰਘ ਗਿਆ ਸਮਝੋ ਤੁਸੀਂ ਇਲੈਕਸ਼ਨਾਂ ਦੇ ਵਿੱਚ ਤਾਂ ਇੱਕ ਇੱਕ ਦਿਨ ਆਪਾਂ ਇੱਕ ਇੱਕ ਘੰਟਾ ਜਿਹੜਾ ਉਹ ਕੀਮਤੀ ਸਮਝਦੇ ਹੁੰਨੇ ਆ ਉੱਥੇ ਜੇ ਮੰਨ ਲਓ ਵੀ ਪੂਰਾ ਮਹੀਨਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਜੌਬਟ ਹੋ ਗਿਆ ਇਸ ਪਾਸੇ ਇੱਕ ਤਰ੍ਹਾਂ ਦਾ ਧੱਕਾ ਤੇ ਹੈਗਾ ਆਮ ਆਦਮੀ ਪਾਰਟੀ ਦੇ ਲਈ ਕਿ ਨਹੀਂ ਸੰਧਾਲੀਆ ਸਾਹਿਬ ਬਾਈ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਦੋ ਅਸਾਮ ਤੇ ਵਿੱਚ ਫਿਰ ਗੁਜਰਾਤ ਦੇ ਵਿੱਚ ਇਧਰ ਇੱਕ ਹਰਿਆਣੇ ਦੇ ਵਿੱਚ ਚਾਰ ਦਿੱਲੀ 'ਚ 13 ਪੰਜਾਬ 'ਚ ਇਹਨਾਂ 22 ਉਮੀਦਵਾਰਾਂ ਦੇ ਲਈ ਕੇਜਰੀਵਾਲ ਸਾਹਿਬ ਦਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਪੱਖ ਤੋਂ ਜ਼ਰੂਰੀ ਸੀ ਇਹਦੇ ਵਿੱਚ ਕੋਈ ਦੋਰਾ ਨਹੀਂ ਇੱਕ ਇੱਕ ਦਿਨ ਜਿਹੜਾ ਅਰਵਿੰਦ ਕੇਜਰੀਵਾਲ ਦਾ ਅੰਦਰ ਹੈ ਉਹ ਆਮ ਆਦਮੀ ਪਾਰਟੀ ਲਈ ਨੁਕਸਾਨ ਹੈ ਕੋਈ ਹਮਦਰਦੀ ਲਹਿਰ ਪੈਦਾ ਹੋ ਜਾਏ ਜਿਹਦੀ ਅਜੇ ਨਜ਼ਰ ਨਹੀਂ ਆ ਰਹੀ ਕੋਈ ਵੀ ਉਹ ਇੱਕ ਬਕਰੀ ਗੱਲ ਹੈ ਪਹਿਲੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮਾਮਲਾ ਗਿਆ ਸੀ ਉਹਦੇ ਲਈ ਸੀ ਗ੍ਰਿਫਤਾਰੀ ਨੂੰ ਚੁਣੌਤੀ ਕੇਜਰੀਵਾਲ ਸਾਹਿਬ ਦੀ ਅਦਾਲਤੀ ਹਿਰਾਸਤ ਨੂੰ ਚੁਣੌਤੀ ਤੇ ਉਹਦੇ ਵਿੱਚ ਵਕੀਲ ਵੀ ਵੱਡੇ ਕੀਤੇ ਸੀ ਅਭਿਸ਼ੇਕ ਮਨੂ ਸਿੰਘ ਵੀ ਮਹਿੰਗੇ ਵੀ ਨੇ ਵੱਡੇ ਵਕੀਲ ਵੀ ਨੇ ਦਲੀਲਾਂ ਜਾਣਦੇ ਆ ਹੂੰ ਉਹਨਾਂ ਨੇ ਜਾ ਕੇ ਮਨਜੂਬ ਸੁਪਰੀਮ ਕੋਰਟ ਦੇ ਵਿੱਚ ਇਹੀ ਬੇਨਤੀ ਕੀਤੀ ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਮੇਰੇ ਕੋਲੇ ਬਹੁਤ ਅੱਛੇ ਫੈਕਟ ਨੇ ਤੱਥ ਨੇ ਜੇ ਤੁਸੀਂ ਇੱਕ ਵਾਰੀ ਤੱਥ ਸਾਂਝੇ ਕਰਨ ਦਾ ਮੌਕਾ ਦੇਓ ਤਾਂ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਊਗਾ ਕਿ ਗ੍ਰਿਫਤਾਰੀ ਕਿ ਨਹੀਂ ਗਲਤ ਹੈ ਤੇ ਜੱਜ ਸਾਹਿਬ ਕਹਿੰਦੇ ਜੀ ਤੁਹਾਡਾ ਕੇਸ ਜਿਹੜਾ ਉਹ ਲੱਗ ਗਿਆ ਤੇ ਅਸੀਂ ਛੇਤੀ ਤੋਂ ਛੇਤੀ ਇਹਦੀ ਸੁਣਵਾਈ ਕਰਾਂਗੇ ਤੇ ਅੱਜ ਅਦਾਲਤੀ ਹਿਰਾਸਤ ਇਹਨਾਂ ਦੀ ਖਤਮ ਹੋ ਰਹੀ ਹੈ ਉਹ ਆਪਾਂ 23 ਅਪ੍ਰੈਲ ਤੱਕ ਬਤਾ ਦਿੰਨੇ ਆ 23 ਅਪ੍ਰੈਲ ਤੋਂ ਬਾਅਦ ਉਦੋਂ ਤੱਕ ਭਾਰਤ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੈ ਚੁੱਕੀਆਂ ਹੋਣਗੀਆਂ ਹੁਣੇ ਪੈ ਜਾਣੀਆਂ 19 ਨੂੰ ਦੂਸਰੇ ਪੜਾ ਦੀਆਂ ਵੋਟਾਂ ਪੈਣ ਦੇ ਲਈ ਬਿਲਕੁਲ ਤਿਆਰੀ ਹੋਏਗੀ ਤੇ ਸੱਤ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਤਾਂ ਮਤਲਬ 20-25% ਵੋਟਾਂ ਦਾ ਕੰਮ ਤਾਂ ਨਿਭੜ ਚੁੱਕਾ ਹੋਣਾ ਉਦੋਂ ਤੱਕ ਤਾਂ ਕੇਰੀਵਾਲ ਸਾਹਿਬ ਬਾਹਰ ਨਹੀਂ ਆਉਂਦੇ ਹੂੰ ਦੂਸਰਾ ਅਭਿਸ਼ੇਕ ਮਨੂ ਸਿੰਘ ਵੀ ਸਭ ਕਹਿੰਦੇ ਅੱਛਾ ਉਹ ਸ਼ੁੱਕਰਵਾਰ ਨੂੰ ਜੇ ਸਾਨੂੰ ਤਰੀਕ ਤੁਸੀਂ ਦੇ ਦਿਓ ਸ਼ੁੱਕਰਵਾਰ ਨੂੰ ਸਾਡੀਆਂ ਦਲੀਲਾਂ ਸੁਣ ਲਓ ਉਹ ਕਹਿੰਦੇ ਜੀ ਸ਼ੁੱਕਰਵਾਰ ਤਾਂ ਨਹੀਂ ਅਸੀਂ ਇਦਾਂ ਕਰਦੇ ਹਾਂ ਕਿ ਆਖਰੀ ਹਫਤੇ April ਦੇ ਵਿੱਚ ਤੇ ਉਹ April ਤੋਂ ਸ਼ੁਰੂ ਆ ਕੇ ਹਫਤਾ May ਦੇ ਸ਼ੁਰੂ ਤੱਕ ਜਾਂਦਾ। ਉਦੋਂ ਨੂੰ ਤਰੀਕ ਜਰੂਰ ਦੇ ਦੇਾਂਗੇ। ਹੁਣ ਇਹਦਾ ਮਤਲਬ ਹੈ ਕਿ ਉਦੋਂ ਤੱਕ ਦੋ ਪੜਾਵਾਂ ਦੀਆਂ ਵੋਟਾਂ ਪੈ ਚੁੱਕੀਆਂ ਹੋਣਗੀਆਂ ਤੀਸਰੇ ਦੀ ਤਿਆਰੀ ਹੋਏਗੀ। ਹਮ ਕੰਮ ਤਾਂ ਨਿਕਲ ਗਿਆ ਤੇ ਜੇ ਇੱਕ ਤਰੀਕ ਹੋਰ ਪੈ ਗਈ ਤਾਂ 15 ਮਈ ਦੇ ਨੇੜੇ ਤੇ ਜਾ ਧੋਕਣਾ ਕੰਮ। ਤਦ ਫਿਰ ਵੋਟਾਂ ਪੈਣ ਦਾ ਕੰਮ ਨਿਬੜ ਜਾਣਾ। ਪੰਜਾਬ ਵਾਲੀਆਂ ਰਹਿ ਜਾਣੀਆਂ ਪਹਿਲੀ 2 ਜੂਨ ਦੀਆਂ। ਹਮ ਹੋਰ ਤਾਂ ਕੁਝ ਨਹੀਂ ਰਹਿ ਜਾਣਾ ਨਾ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਇਹ ਗੱਲ ਮੰਨ ਕੇ ਚੱਲੇ। ਕਿ ਉਹਨਾਂ ਨੇ ਇਸ ਵਾਰ ਦੀ ਸਿਆਸੀ ਲੜਾਈ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਚ ਕਰਨੀ ਹੈ ਪਹਿਲੀ ਗੱਲ ਕਲੀਅਰ ਹੈ ਕੋਈ ਬਹੁਤ ਵੱਡਾ ਕੋਈ ਫੈਸਲਾ ਆ ਜਾ ਜਿਹਦੀ ਸਾਨੂੰ ਆਸ ਉਮੀਦ ਕੋਈ ਨਹੀਂ ਤਾਂ ਫਿਰ ਵੱਖਰੀ ਗੱਲ ਹੈ ਨਹੀਂ ਤਾਂ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਹੀ ਪ੍ਰਚਾਰ ਚੱਲੂ ਐ ਕਿ ਦੂਸਰਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਕੋਸ਼ਿਸ਼ ਕਰ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਕਿ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਨ ਜਿਲ੍ਹੇ ਚ ਜਾ ਕੇ ਧਾਰ ਜਿਲ੍ਹੇ ਚ ਪਹਿਲਾਂ ਇੱਕ ਵਾਰੀ ਆਗਿਆ ਮਿਲੀ ਐਨ ਮੌਕੇ ਤੇ ਸੁਰੱਖਿਆ ਕਾਰਨ ਕਰਕੇ ਪੋਸਟਪੌਨ ਕਰ ਦਿੱਤੀ ਹੁਣ ਬੀਤੇ ਕੱਲ 30 ਮਿੰਟ ਦੀ ਮੁਲਾਕਾਤ ਹੁੰਦੀ ਹੈ ਭਗਵੰਤ ਮ ਕੇਰੀਵਾਲ ਸਾਹਿਬ ਨਾਲ ਤੇ ਜਦੋਂ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਹਿੰਦੇ ਜੀ ਅੱਧਾ ਘੰਟਾ ਮੁਲਾਕਾਤ ਹੋਈ ਪਰ ਜਿੱਦਾਂ ਹੋਣੀ ਚਾਹੀਦੀ ਓਦਾਂ ਨਹੀਂ ਹੋਈ ਸਾਨੂੰ ਆਸ ਉਮੀਦ ਸੀ ਕਿ ਜਿੱਦਾਂ ਪਹਿਲਾਂ ਵੱਡੇ ਲੀਡਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਬਿਠਾ ਦਿੰਦੇ ਹੁੰਦੇ ਕੁਰਸੀਆਂ ਤੇ ਆਮੋ ਸਾਹਮਣੇ ਤੇ ਉਹ ਗੱਲਬਾਤ ਕਰਦੇ ਹੁੰਦੇ ਆ ਇਦਾਂ ਨਹੀਂ ਕਹਿੰਦੇ ਕੀਤੀ ਇੱਕ ਸ਼ੀਸ਼ੇ ਦਾ ਕੈਬਨ ਸੀ ਸ਼ੀਸ਼ੇ ਦੇ ਇੱਕ ਪਾਸੇ ਕੇਰੀਵਾਲ ਸਾਹਿਬ ਬੈਠੇ ਸੀ ਦੂਸਰੇ ਪਾਸੇ ਮੈਂ ਤੇ ਅਸੀਂ ਟੈਲੀਫੋਨ ਤੇ ਗੱਲ ਕਰਦੇ ਸੀ ਇੱਕ ਦੂਜੇ ਵੱਲ ਦੇਖਦੇ ਟੈਲੀਫੋਨ ਤੇ ਤੇ ਉਹ ਕਹਿੰਦੇ ਜੀ ਛੀਸ਼ਾ ਵੀ ਇੰਨਾ ਧੁੰਦਲਾ ਜਿਆ ਸੀ ਮੈਨੂੰ ਕੇਰੀਵਾਲ ਸਾਹਿਬ ਮਸਾ ਨਜ਼ਰ ਆਉਂਦੇ ਸੀ ਉਹ ਕਹਿੰਦੇ ਯਾਰ ਇੱਕ ਸੂਬੇ ਦਾ ਮੁੱਖ ਮੰਤਰੀ ਤੁਸੀਂ ਦੇਖੋ ਦੋ ਮੁੱਖ ਮੰਤਰੀ ਆਪਸ ਵਿੱਚ ਗੱਲ ਕਰ ਰਹੇ ਸੀ ਉਹ ਕਹਿੰਦੇ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਉਹਨੂੰ ਉਹਦੀਆਂ ਮੁੱਢਲੀਆਂ ਸਹੂਲਤਾਂ ਤਾਂ ਦਿਓ ਉਹਨਾਂ ਨੂੰ ਕਹਿੰਦੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਭਾਵੁਕ ਹੋ ਗਿਆ ਕਹਿੰਦੇ ਜੀ ਉਹਨਾਂ ਦੇ ਹਾਲਾਤ ਦੇਖ ਕੇ ਪਰ ਉਹਨਾਂ ਨੇ ਕਹਿੰਦੇ ਆਪਣਾ ਹਾਲ ਚੱਲ ਨਹੀਂ ਦੱਸਿਆ ਮੇਰੇ ਤੋਂ ਪੰਜਾਬ ਦਾ ਹਾਲ ਚੱਲ ਪੁੱਛਿਆ ਕਿ ਲੋਕ ਠੀਕ ਨੇ ਸਹੀ ਨੇ ਚੰਗਾ ਚੱਲ ਰਿਹਾ ਕੰਮ ਦੇਖੋ ਇਹ ਤੇ ਬਰਾਖਲ ਜਦੋਂ ਆਪਾਂ ਪਹਿਲੇ ਬਿਆਨ ਸੁਣਦੇ ਸੀ ਹਾਲਾਂਕਿ ਉਹਨਾਂ ਦੀ ਧਰਮ ਪਤਨੀ ਜਦੋਂ ਉਹ ਮਿਲ ਕੇ ਆਉਂਦੇ ਨੇ ਉਦੋਂ ਵੀ ਉਹ ਇਹੋ ਜਿਹੀ ਗੱਲ ਹੀ ਕਰ ਦਿੰਦੇ ਨੇ ਕਿ ਉਹਨਾਂ ਨੂੰ ਲੋਕਾਂ ਦਾ ਫਿਕਰ ਆ ਜੇਲ੍ਹ ਦੇ ਵਿੱਚ ਵੀ ਲੋਕਾਂ ਦੀ ਗੱਲ ਕਰਦੇ ਨੇ ਇੱਕ ਦੋ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹਨਾਂ ਦੇ ਮੰਤਰੀਆਂ ਨੇ ਕੀਤੀਆਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਅੰਦਰੋਂ ਜੇਲ੍ਹ 'ਚ ਉਹਨਾਂ ਨੇ ਹੁਕਮ ਭੇਜਿਆ ਜੀ ਲੋਕਾਂ ਦਾ ਇਸ ਤਰ੍ਹਾਂ ਖਿਆਲ ਰੱਖੋ ਲੋਕਾਂ ਦਾ ਇਸ ਤਰ੍ਹਾਂ ਖਿਆਲ ਰੱਖੋ ਹੋ ਸਕਦਾ ਉਹਨਾਂ ਨੂੰ ਫਿਕਰ ਹੋਵੇ ਮੈਂ ਨਹੀਂ ਆਦਾ ਕਿ ਫਿਕਰ ਨਹੀਂ ਹੈਗਾ ਪਰ ਦੇਖੋ ਜੀ ਜਦੋਂ ਉਹਦੀ ਖਬਰ ਬਣ ਕੇ ਆਉਂਦੀ ਇਸ ਤਰ੍ਹਾਂ ਦੀ ਵੀ ਜੇਲ੍ਹ 'ਚੋਂ ਵੀ ਉਹਨਾਂ ਨੂੰ ਫ ਪੀਹਾਂ ਯਾਰ ਦੇਖੋ ਬੰਦਾ ਭਾਵੇਂ ਜੇਲ੍ਹ ਚਾ ਫਿਰ ਵੀ ਸਾਡਾ ਫਿਕਰ ਕਰਦਾ ਪਰ ਮੈਨੂੰ ਲੱਗਦਾ ਵੀ ਜਦੋਂ ਆਪਾਂ ਇਹ ਸਾਰੇ ਸਿਨੈਰੀਓ ਨੂੰ ਦੇਖਦੇ ਹਾਂ ਹੁਣ ਉਹਦੇ ਚ ਸੱਚ ਕੀ ਝੂਠ ਕੀ ਇਹਦਾ ਅਦਾਲਤ ਨੇ ਫੈਸਲਾ ਕਰਨਾ ਕਿਉਂਕਿ ਈਡੀ ਨੇ ਆਪਣੀਆਂ ਦਲੀਲਾਂ ਰੱਖੀਆਂ ਦੂਜਿਆਂ ਵਕੀਲਾਂ ਨੇ ਆਪਣਾ ਪੱਖ ਰੱਖਣਾ ਉਹਨਾਂ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਉਹਦਾ ਫੈਸਲਾ ਜਿਹੜਾ ਉਹ ਅਦਾਲਤ ਨੇ ਦੇਣਾ ਪਰ ਜਦ ਤੱਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਹੁਣ ਨਾ ਤੁਸੀਂ ਕਿਸੇ ਨੂੰ ਦੋਸ਼ੀ ਕਹਿ ਸਕਦੇ ਤੇ ਨਾ ਤੁਸੀਂ ਕਿਸੇ ਨੂੰ ਬਰੀ ਕਰ ਸਕਦੇ ਪਰ ਮੈਨੂੰ ਲੱਗਦਾ ਵੀ ਇਹਦੇ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਆ ਵੀ ਤੁਸੀਂ ਦੇਖੋ ਵੀ ਜਿਹੜਾ ਕੰਮ ਆਮ ਆਦਮੀ ਪਾਰਟੀ ਨੇ ਕਿਤੇ ਰੈਲੀਆਂ ਦਾ ਇਧਰ ਚੋਣ ਪ੍ਰਚਾਰ ਦਾ ਹੋਰ ਚੋਣ ਪ੍ਰਚਾਰ ਦੇ ਢੰਗ ਤਰੀਕਿਆਂ ਦਾ ਜਾਂ ਲੋਕਾਂ ਤੱਕ ਪਹੁੰਚਣ ਦਾ ਉਹਦੇ ਤੇ ਦਿਮਾਗ ਲਾਉਣਾ ਸੀਗਾ ਉਹ ਸਾਰੇ ਦੇ ਸਾਰੇ ਜਿਹੜੇ ਵੱਡੇ ਦਿਮਾਗ ਨੇ ਉਹ ਐਸ ਵਕਤ ਇਸ ਚੀਜ਼ ਦੇ ਉੱਪਰ ਨੇ ਵੀ ਹਾਂਜੀ ਉਹਨਾਂ ਦੀ ਪੇਸ਼ੀ ਹੈ ਕੀ ਹੋਊਗਾ ਉੱਥੇ ਫਿਰ ਕੀ ਕਹਿਣਗੇ ਉਹ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਸੀ ਉਦੋਂ ਕੋਈ ਨਾ ਕੋਈ ਗੱਲ ਨਿਕਲੋਂ ਜਿੱਦਾਂ ਹੁਣ ਮਾਨ ਸਾਹਿਬ ਨੇ ਕਹਿਦਾ ਕਿ ਮੁੱਢਲੀਆਂ ਸਹੂਲਤਾਂ ਹੀ ਹੈ ਨਹੀਂ ਉਹ ਜਦੋਂ ਇਹ ਵੀ ਇੱਕ ਤਰ੍ਹਾਂ ਦਾ ਬਿਆਨ ਹੋ ਗਿਆ ਅਗਲੀ ਵਾਰ ਫਿਰ ਉਹਦੇ ਤੇ ਕੋਈ ਨਾ ਕੋਈ ਕਾਊਂਟਰ ਬਿਆਨ ਆਊਗਾ ਇਹ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਉਲਝਾ ਲਿਆ ਗਿਆ ਜਾਂ ਉਹ ਉਲਝ ਗਏ ਮੈਨੂੰ ਲੱਗਦਾ ਵੀ ਇਹਦਾ ਕੋਈ ਮੰਨੇ ਨਾ ਮੰਨੇ ਵੋਟਾਂ ਦੇ ਰੂਪ ਦੇ ਵਿੱਚ ਨੁਕਸਾਨ ਜ਼ਰੂਰ ਹੋਊਗਾ ਜੇ ਉਹੀ ਕੱਲ ਮੈਂ ਫਿਰ ਦਰਾ ਦਿਆਂ ਹਮਦਰਦੀ ਲਹਿਰ ਵਾਲਾ ਫੈਕਟਰ ਨਹੀਂ ਚੱਲਦਾ ਤੇ ਜੀ ਇਹ ਗੱਲ ਠੀਕ ਹੈ ਸੰਧਾਲ ਯਸਰ ਤੁਹਾਡੀ ਤੇ ਬਾਕੀ ਸਿਆਸਤ ਹੈ ਸਿਆਸਤ ਦੇ ਵਿੱਚ ਆਖਰੀ ਮੌਕੇ ਤੱਕ ਵੀ ਜਾ ਕੇ ਕੁਝ ਵੀ ਹੋ ਸਕਦਾ ਹੁੰਦਾ ਪਾਰਟੀਆਂ ਸਾਰੀਆਂ ਲੱਗੀਆਂ ਉਮੀਦਵਾਰਾਂ ਦੇ ਐਲਾਨ ਚ ਜੋੜ ਤੋੜ ਚ ਬੰਦੇ ਪੱਟਣ ਚ ਬੰਦੇ ਬਚਾਉਣ ਚ ਪਰ ਪੰਜਾਬ ਦੇ ਵਿੱਚ ਸਾਡੇ ਲਈ ਹਰਿਆਣੇ ਚ ਵੀ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਸਭ ਤੋਂ ਵੱਧ ਜ਼ਰੂਰੀ ਹੁੰਦੀ ਹੈ ਕਣਕ ਸਾਡੀ ਫਸਲ ਕਣਕ ਪੱਕੀ ਹੈ ਪੱਕੀ ਉਹ ਕਣਕ ਹੈ ਤੇ ਉੱਪਰਲੇ ਪਾਸੇ ਸਿੱਟਾ ਭਾਰਾ ਹੋ ਗਿਆ ਤੇ ਥੱਲੇ 나ੜ ਕਿਉਂਕਿ ਪੱਕ ਗਈ ਹੈ ਕਣਕ 나ੜ ਖੋਖਲਾ ਹੋ ਗਿਆ ਹਵਾ ਥੋੜੀ ਜੀ ਤੇਜ਼ ਬਗੇ ਤਾਂ ਉੱਪਰ ਸਿੱਟਾ ਭਾਰਾ ਹੁਣ ਕਰਕੇ ਨਾਲ ਦੇ ਟੁੱਟਣ ਦੀ ਤੇ ਕਣਕ ਦੇ ਡਿੱਗਣ ਦੀ ਸੰਭਾਵਨਾ ਹੁੰਦੀ ਹੈ ਜੇ ਮੀਂਹ ਪਹਿਲਾਂ ਪੈ ਜਾਵੇ ਮਗਰੋਂ ਹਵਾ ਬਗੇ ਫਿਰ ਵੀ ਕਣਕ ਮੁੱਧੜੇ ਮੋਹ ਜਾਂਦੀ ਹੈ ਕਿੱਥੇ ਤੱਕ ਕੰਬਾਈਨਾਂ ਵਾਲਿਆਂ ਦੇ ਮਗਰ ਅਸੀਂ ਲੱਗੇ ਹੁਣੇ ਕਿ ਪਾਸ ਸਵੇਰੇ ਆਈ ਤੇ ਸਵੇਰੇ ਆਪਾਂ ਕਣਕ ਵੱਢਣੀ ਆ ਤੇ ਮੁੜ ਕੇ ਮੰਡੀ ਜਾ ਕੇ ਵੇਚਣੀ ਆ ਟਰਾਲੀਆਂ ਵਿੱਚ ਕਹੀਆਂ ਪਿਛਲੇ 2 ਦਿਨ ਮੌਸਮ ਖਰਾਬ ਰਿਹਾ ਬੀਤੀ ਸ਼ਾਮ ਤੱਕ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਵਾ ਵੀ ਵਗੀ ਹੈ ਤੇਜ਼ ਮੀਂਹ ਵੀ ਪਿਆ ਤੇ ਪੱਕਣ ਵਾਲੀਆਂ ਜਿਹੜੀਆਂ ਕਣਕਾਂ ਨੇ ਉਹਨਾਂ ਨੂੰ ਨੁਕਸਾਨ ਹੋਇਆ ਹੁਣ ਦੋ ਤਰ੍ਹਾਂ ਦੀਆਂ ਕਣਕਾਂ ਨੇ ਸੰਧਾਲੀਆਂ ਸਭ ਇੱਕ ਤਾਂ ਜਿਹੜੀਆਂ ਖੇਤਾਂ ਦੇ ਵਿੱਚ ਪੱਕਣ ਕਿਨਾਰੇ ਨੇ ਜਾਂ ਪੱਕ ਚੁੱਕੀਆਂ ਨੇ ਉਹਨਾਂ ਦਾ ਨੁਕਸਾਨ ਦੂਸਰਾ ਜਿਹੜੀਆਂ ਗੇਤੀਆਂ ਕਣਕਾਂ ਖੇਤਾਂ ਦੇ ਵਿੱਚੋਂ ਵੱਢ ਕੇ ਮੰਡੀਆਂ ਦੇ ਵਿੱਚ ਜਾ ਕੇ ਕਣਕ ਢੇਰੀ ਕੀਤੀ ਜਾ ਚੁੱਕੀ ਹੈ ਉਹਦਾ ਵੀ ਨੁਕਸਾਨ ਹੈ ਹੁਣ ਤਾਂ ਅਸੀਂ ਆਸਰਦਾਰ ਕਹਿੰਦੇ ਆ ਤਿੰਨ ਇੱਕ ਦਿਨ ਮੌਸਮ ਠੀਕ ਰਹੇਗਾ ਤਿੰਨ ਦਿਨ ਹੀ 13 23 ਦਿਨ ਠੀਕ ਰਹੇ ਤਾਂ ਚੰਗਾ ਕਿਉਂਕਿ ਜੇ ਤਿੰਨ ਦਿਨਾਂ ਦੇ ਬਾਅਦ ਵੀ ਕਿਤੇ ਮੌਸਮ ਦੀ ਖਰਾਬੀ ਹੁੰਦੀ ਹੈ ਕਣਕ ਦੇ ਝਾੜ ਤੇ ਕਣਕ ਦੇ ਮਿਆਰ ਤੇ ਸਾਰੇ ਪਾਸੇ ਅਸਰ ਪਊ ਤੇ ਮੈਂ ਉਹਨਾਂ ਸਾਰੇ ਸੱਜਣਾਂ ਨੂੰ ਦੱਸ ਦਿਆਂ ਜਿੰਨਾ ਦੀ ਇਸ ਖਬਰ ਦੇ ਵਿੱਚ ਕੋਈ ਦਿਲਚਸਪੀ ਨਹੀਂ ਕਿ ਸਾਡੀ ਕਿਹੜਾ ਕਣਕ ਹੈ ਆਪਾਂ ਕਿਹੜਾ ਮੰਡੀ ਜਾਣਾ ਸਾਡਾ ਕੀ ਗੱਲਾ ਹੋ ਚੱਲਾ ਕੀ ਲੈਣਾ ਅਸੀਂ ਕੰਬਾਈਨ ਤੋਂ ਡਿੱਗ ਪੀ ਕਣਕ ਤਾਂ ਕੀ ਹੋਇਆ ਉਹ ਪਾਉ ਜੇ ਡਿੱਗੀ ਕਣਕ ਮੁੜ ਕੇ ਕੱਲ ਨੂੰ ਵੱਡੀ ਨਾਲ ਮਿੱਟੀ ਆਈ ਤਾਂ ਸਾਡੇ ਘਰਾਂ ਦੇ ਵਿੱਚ ਜਿਹੜਾ ਆਟਾ ਆਉਂਦਾ ਨਾ ਥੈਲੀਆਂ ਦੇ ਵਿੱਚ ਬੰਦ ਉਹ ਸਾਡੇ ਛੱਤਾਂ ਤੇ ਨਹੀਂ ਹੁੰਦਾ ਐਸੇ ਹੀ ਕਣਕ ਦਾ ਆਉਣਾ ਭਾਵੇਂ ਥੋੜੀ ਆ ਤੇ ਭਾਵੇਂ ਕਿਸੇ ਹੋਰ ਦੀ ਹੈ ਇਸ ਕਰਕੇ ਮੌਸਮ ਦੀ ਖਰਾਬੀ ਜਿੰਨਾ ਕਿਸਾਨ ਦੇ ਉੱਤੇ ਅਸਰ ਪਉਂਦੀ ਹੈ ਉਹਦੇ ਤੋਂ ਅੱਧਾ ਅਸਰ ਤੁਹਾਡੇ ਤੇ ਵੀ ਪਊਗਾ ਬਹੁਤ ਘੱਟ ਖਬਰਾਂ ਹੁਣ ਕਦੀ ਸੁਣੀਆਂ ਜੇ ਤੁਸੀਂ ਸੁਣੀਆਂ ਹੁਣ ਤੇ ਜ਼ਰੂਰ ਦੱਸਿਓ WhatsApp 'ਤੇ ਕਿ ਮੌਸਮ ਜਿਹੜਾ ਹੈ ਉਹ ਤਬਦੀਲ ਹੋ ਰਿਹਾ ਤੇ ਉਹਦੀ ਤਬਦੀਲੀ ਨੂੰ ਧਿਆਨ 'ਚ ਰੱਖਦਿਆਂ ਕੋਈ ਫਸਲਾਂ ਨਵੀਆਂ ਕੋਈ ਬੀਜ ਨਵੇਂ ਜਾਂ ਉਹਨਾਂ ਦੀ ਸਮਾਸਾਰਨੀ ਦਾ ਕੁਝ ਅੱਗਾ ਪਿੱਛਾ ਉਹਦੇ ਲਈ ਕਿਸੇ ਪਾਸਿਓਂ ਕਿਸੇ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਵਿਗਿਆਨੀ ਸਾਹਿਬ ਜਾਂ ਕਿਸੇ ਹੋਰ ਨੇ ਕੋਈ ਨਵੀਂ ਖੋਜ ਕੀਤੀ ਹੋਵੇ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਨੂੰ ਲੋੜ ਸੀ ਭੁੱਖੇ ਮਰਦੇ ਸੀ ਉਦੋਂ ਤਾਂ ਹਰੀ ਕ੍ਰਾਂਤੀ ਦੇ ਲਈ ਠੀਕ ਹੈ ਸਰਕਾਰਾਂ ਪੱਵਾਂ ਭਾਰ ਸੀ ਤੇ ਹੁਣ ਖੇਤੀ ਦਾ ਜਿਵੇਂ ਬਿਲਕੁਲ ਗੇਰ ਹੀ ਕੱਢ ਦਿੱਤਾ ਹੁੰਦਾ ਵੀ ਯਾਰ ਕੋਈ ਗੱਲ ਨਹੀਂ ਆਪਾਂ ਖਣੀ ਅੱਜਕੱਲ ਏਆਈ ਦਾ ਜ਼ਮਾਨਾ ਆ ਗਿਆ ਕੰਪਿਊਟਰ ਤੇ ਸਾਰਾ ਕੁਝ ਹੋ ਜਾਂਦਾ ਵੀ ਖਣੀ ਰੋਟੀ ਵੀ ਸਾਨੂੰ ਮੋਬਾਈਲ ਨਹੀਂ ਦੇ ਦੇਣੀਆਂ ਕਣਕ ਵੀ ਉੱਚੇ ਕੱਢ ਲਿਆ ਕਰਾਂਗੇ ਤੇ ਹੋਰ ਕਿਸੇ ਪਾਸੇ ਕੋਈ ਗੱਲਬਾਤ ਨਹੀਂ ਹੋਰ ਹੀ ਪਤਾ ਨਹੀਂ ਕਈ ਕੁਛ ਵਾਲੇ ਪਾਸੇ ਤਰੱਕੀ ਨੂੰ ਤੁਰੇ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਆਪਸੀ ਕਰੋੜ ਦੀ ਆਬਾਦੀ ਨੂੰ ਆਟਾ ਦਾਲ ਦਿੰਨੇ ਆ ਆਪ ਨੂੰ ਲੱਗਦਾ ਵੀ ਯਾਰ ਇਹ ਵੀ ਰਿਕਮੈਂਡ ਜੋਗੇ ਤੇ ਜਿਹੜੀਆਂ ਚੀਜ਼ਾਂ ਉਹ ਪੈਦਾ ਹੁੰਨੀਆਂ ਜਿਨੂੰ ਲੱਗਦਾ ਪਿਆ ਬੇਸਿਕ ਲੋਡ ਹੈ ਉਦੇ ਬਾਰੇ ਕੋ ਖੋਜ ਕੋ ਨਵੀਂ ਚਰਚਾ ਕੋ ਨਵੇਂ ਬੀਜ ਕੋਈ ਖੇਤੀ ਵਿਭਿੰਨਤਾ ਕੁਝ ਟਾਈਮਿੰਗ ਦਾ ਅਗਾ ਪਿਛਾ ਵੀ ਜੇ ਮੌਸਮ ਚ ਤਬਦੀਲੀ ਆ ਤੇ ਫਸਲਾਂ ਨੂੰ ਥੋੜਾ ਬਹੁਤ ਚੇਂਜ ਕਰ ਲਈਏ ਉਹ ਜੀ ਚਰਚਾ ਖਬਰ ਤੁਸੀਂ ਜੇ ਕਦੇ ਸੁਣੀ ਹੈ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਸੁਣੀ ਨਹੀਂ ਸੰਧਾਲੀਆ ਸਭ ਬਹੁਤ ਦੂਰ ਦੀ ਗੱਲ ਕਰਤੀ ਤੁਸੀਂ ਬਹੁਤ ਵੱਡੀ ਕਿਉਂਕਿ ਤੁਸੀਂ ਲੀਡਰ ਲੋਕ ਹੋ ਥੋੜੇ ਤੋਂ ਚਰਚਾ ਸੁਣਣੀ ਹੁੰਦੀ ਹੈ ਅਸੀਂ ਤਾਂ ਹਰ 6 ਮਹੀਨੇ ਜਿਹੜੀ ਪ੍ਰਾਲੀ ਛੜਦੀ ਹੈ ਜਿਹਦਾ ਧੂਆਂ ਪੰਜਾਬ ਵਾਲਿਆਂ ਦੇ ਨੱਕ ਨੂੰ ਬਾਅਦ ਚ ਚੜਦਾ ਦਿੱਲੀ ਵਾਲਿਆਂ ਦੇ ਪਹਿਲਾਂ ਚੜ ਜਾਂਦਾ ਹੁੰਦਾ ਜੋ ਕਹਿੰਦੇ ਆ ਚੜਦਾ ਕਿ ਨਹੀਂ ਚੜਦਾ ਮੈਨੂੰ ਨਹੀਂ ਪਤਾ ਸਾਨੂੰ ਤਾਂ ਉਸ ਪ੍ਰਾਲੀ ਦਾ ਚੇਤਾ ਭਲਾਤਾ ਤੁਹਾਡੀ ਚੋਣ ਨੇ ਤੁਹਾਡੀ ਇਲੈਕਸ਼ਨ ਨੇ ਤੁਹਾਡੀ ਲੀਡਰਸ਼ਿਪ ਜਿਹੜੀ ਆ ਸਾਰੀਆਂ ਸਿਆਸੀ ਧਿਰਾਂ ਦੀ ਕਦੇ ਪ੍ਰਾਲੀ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਪ੍ਰਾਲੀ ਕਿਦਾਂ ਸਾਹਮਣੀਆ ਠੀਕ ਹੈ ਕਣਕ ਦੀ ਪ੍ਰਾਲੀ ਘੱਟ ਸੜਦੀ ਹੈ ਝੋਨੇ ਦੀ ਪ੍ਰਾਲੀ ਵੱਧ ਸੜਦੀ ਹੈ ਪਰ ਝੋਨੇ ਨੇ ਕਿਹੜਾ ਜੇ 15 ਸਾਲਾਂ ਬਾਅਦ ਆਉਣਾ ਝੋਨਾ ਆਉਣ ਦੇ ਵਿੱਚ ਵੀ ਤਾਂ 8 ਮਹੀਨੇ ਰਹਿ ਗਏ ਨਾ 7 ਹੀ ਰਹਿ ਗਏ ਜਾਨੀ ਇਸ ਚੋਣ ਦੇ ਵਿੱਚ ਮੈਂ ਹੈਰਾਨ ਸੀ ਆ ਤੁਸੀਂ ਤਾਂ ਪਤਾ ਨਹੀਂ ਕਿੱਥੇ ਦੀ ਗੱਲ ਕਰ ਦਿੱਤੀ ਨਾ ਬਦਲਮੀਆਂ ਫਸਲਾਂ ਭਿੰਨਤਾ ਕਰਨ ਅ ਜਿਹੜੀ 6-7 ਮਹੀਨੇ ਉਹਦੇ ਪ੍ਰਾਲੀ ਨੇ ਆ ਕੇ ਸਾਡਾ ਨਾਸ ਮਾਰਨਾ ਉਹਦੀ ਅੱਗ ਮੁੜ ਕੇ ਸਾਰੀ ਦੁਨੀਆ ਦੇ ਵਿੱਚ ਕਹਿਣੀ ਕਿ ਭਾਈ ਲਾਲ ਲਾਲ ਹੋਇਆ ਫਿਰਦਾ ਪੰਜਾਬ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਮੁੜ ਕੇ ਇੱਕ ਦੂਸਰੇ ਤੇ ਅਸੀਂ ਦੋਸ਼ ਲਾਉਣਾ ਐਸ ਇਲੈਕਸ਼ਨ ਦੇ ਵਿੱਚ ਇੱਕ ਵੀ ਲੀਡਰ ਨੇ ਕਿਤੇ ਪ੍ਰਾਲੀ ਦੀ ਅੱਗ ਦਾ ਮੁੱਦਾ ਨਹੀਂ ਚੁੱਕਿਆ ਪ੍ਰਾਲੀ ਦੇ ਪ੍ਰਦੂਸ਼ਣ ਦਾ ਮੁੱਦਾ ਨਹੀਂ ਚੁੱਕਿਆ ਕੋਈ ਬੋਲਦਾ ਹੀ ਨਹੀਂ ਸਮਝ ਨਹੀਂ ਆਉਂਦੀ ਕਿ ਕਹਾਣੀ ਕਿਧਰਲੇ ਪਾਸੇ ਗਈ ਹੈ ਕਤ ਸਹੀ ਫਰਕ ਆ ਕਿਉਂਕਿ ਹੁਣ ਚਲੋ ਆਪਾਂ ਗੱਲ ਛੇੜੀ ਤੁਹਾਨੂੰ ਲੱਗਦਾ ਵੀ ਵੱਡੀ ਆ ਹੁਣ ਜੇ ਆਪਾਂ ਮੇਤੇ ਕਿਤੇ ਪੂਰਾ ਪ੍ਰੋਗਰਾਮ ਕਰ ਲਈਏ ਤੇ ਉਹ ਦੇਖੋ ਦੇਖਣੇ ਕਿ ਇਹ ਕਿਹੜੀਆਂ ਗੱਲਾਂ ਕਰਦੇ ਯਾਰ ਗੋਗੂ ਮੂੜੀਆਂ ਕਿਤੇ ਕਣਕ ਥੋੜਾ ਗੱਲ ਕਰਨ ਵਾਲੀ ਦੀ ਤਾਂ 30 ਗੱਲ ਸੁਣਾਓ ਕੋ ਕਿਹੜਾ ਲੀਡਰ ਕਿਧਰ ਚਲੇਗਾ ਫਲਾਕੀ ਮਾਰ ਗਿਆ ਉਸ ਠੀਕ ਆ ਜੀ ਜਿੱਦਾਂ ਦਾ ਲੋਕ ਸੁਣਨਾ ਚਾਹੁੰਦੇ ਆ ਉਦਾਂ ਦਾ ਹੀ ਸੁਣਾ ਦੇਣੇ ਉਦਾਂ ਦਾ ਲੀਡਰ ਵੀ ਬਿਆਨ ਦੇ ਦਈ ਦ ਜਾਂਦੇ ਰਹਿੰਦੇ ਨੇ ਪਾਟ ਸਾਹਿਬ ਸਮਾ ਹੋ ਗਿਆ ਜੀ ਜਾਣ ਦਾ ਬੜਾ ਤਨਵਾਦ ਤੁਹਾਡਾ ਮਹਾਰਾਜ ਜੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਧੰਨਵਾਦ ਲੋ ਦੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਚੰਗਾ ਲੱਗੇ ਸਾਡੀਆਂ ਗੱਲਾਂ ਚੰਗੀਆਂ ਲੱਗਣ ਵਿੱਚੋਂ ਕੋਈ ਥੋੜੀ ਚੰਗੀ ਲੱਗੇ ਉੰਨੀ ਕੀ ਸ਼ੇਅਰ ਕਰਦਿਆ ਕਰੋ ਅੱਗੇ ਲਾਈਕ ਕਰਦਿਆ ਕਰੋ ਤਾਂ ਬਹੁਤ ਧੰਨਵਾਦ ਦੇਖਦੇ ਰਹਿਣਾ ਪ੍ਰਾਈਮੇ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ